ਕਰਤਾਰ ਸਿੰਘ ਸਰਾਬਾ ਦੀ ਜ਼ਿੰਦਗੀ ਦੇ ਉੱਤੇ ਫਿਲਮ ਬਣਾਉਣ ਦਾ ਸੋਚਿਆ ਕਿਵੇਂ ਜਿਸ ਤਰ੍ਹਾਂ ਗਦਰ ਲਹਿਰ ਹੋਈ ਸੀ ਮੈਂ ਸਰਾਬਾ ਲਹਿਰ ਸ਼ੁਰੂ ਕਰਨੀ ਚਾਹੁੰਦਾ ਸੀ ਤੁਸੀਂ ਸਾਈ ਤੇ ਫਿਲਮਾਂ ਨਹੀਂ ਬਣਾਉਂਦੇ ਵੀ ਪਾਈ ਆਪਾਂ 20 ਦਿਨਾਂ ਦੇ ਵਿੱਚ ਤਿਆਰ ਕਰਕੇ ਦੇਣੀ ਹੈ ਇਨ ਮਿਰਚ ਹਿੰਮਤ ਵੀ ਨਹੀਂ ਹੈ ਇਨ ਮਿਰਚਾ ਮੇਰਾ ਮੇਰੇ ਕੋਲ ਇਹਨਾਂ ਨੌਲੇਜ ਵੀ ਨਹੀਂ ਹੈ ਉਹ ਆਇਰਲੈਂਡ ਦੇ ਰੱਖਦੇ ਸੀ ਪਹਿਲਾ ਮਹੀਨਾ ਮਹੀਨਾ ਉੱਥੇ ਜੇਲ੍ਹ 'ਚ ਰੱਖਦੇ ਸੀ ਇਹਨਾਂ ਦਾ ਪੂਰੇ ਮੈਡੀਕਲ ਹੁੰਦਾ ਸੀ ਟੈਸਟ ਕਰਦੇ ਸਕੇ ਜਦੋਂ ਥੋੜੇ-ਬੋੜੇ ਠੀਕ ਹੁੰਦੇ ਫਿਰ ਬਾਹਰ ਕੱਢਦੇ ਸੀ ਇਹਨਾਂ ਨੂੰ ਤੁਸੀਂ ਬਿਲਕੁਲ ਲੀ ਪਾੜ ਕੇ ਚੱਲਦੇ ਤੁਸੀਂ ਕਦੇ 5 ਸਾਲਾਂ ਬਾਅਦ ਕਦੇ 7ਾਂ ਵਰੀਆਂ ਬਾਅਦ ਇੱਕ ਫਿਲਮ ਲਿਆਂਦੀ ਤੁਹਾਨੂੰ ਐ ਨਹੀਂ ਲੱਗਦਾ ਵੀ ਭਾਈ ਸਾਡੇ ਪੰਜਾਬੀਆਂ ਦੇ ਚੇਤੇ ਇੰਨੇ ਮਜ਼ਬੂਤ ਨਹੀਂ ਵੀ ਚੇਤੇ ਦੇ ਵਿੱਚ ਪਹਿਲਾਂ ਵਾਲੀ ਗੱਲ ਟਿਕੀ ਰਹਿੰਦੀ ਨਸਮ ਅਸਸਿੰਗ ਮਸਾਨਾ ਜੀ ਨੇ ਇੱਕ ਟੂਰ ਕੀਤੀ ਸੀ ਯੂਬਾ ਸਿਟੀ ਇਸ ਇਲਾਕੇ ਦੀ ਪਹਿਲੀ ਪਹਿਲੀ ਆ ਰਹੀ ਸਿੰਗਰ ਗਏ ਤੇ ਮੈਨੂੰ ਕਹਿੰਦਾ ਜਿੱਦਾਂ ਤੁਹਾਡੇ گاਉਂ ਵਾਲੇ ਫਿਰਦੇ ਹਨਾ ਉਸ ਵੇਲੇ ਉਦੋਂ ਕਹਿੰਦੇ ਪਹਿਲਵਾਨ ਹੁੰਦੇ ਸੀ ਦਾ ਅੱਛਾ ਜੀ ਹਿੰਦੁਸਤਾਨ ਤੋਂ ਇੱਥੇ ਗੋਰਿਆਂ ਨਾਲ ਕਹਿੰਦੇ ਘੁਲਣਾ ਉਨਦੇ ਹੁੰਦੇ ਸੀਗੇ ਬੰਦੇ ਮਾਤਰਾ ਤੋ ਗੱਲ ਹੁੰਦੀ ਹੈ ਇਹਨਾਂ ਨਾਰਾਸੀ ਬੰਦੇ ਮਾਤਰਮ ਇੱਕ ਗਦਰੀ ਬਾਬਿਆਂ ਦਾ ਨਾਰਾ ਸੀ ਕਿ ਬੰਦੇ ਮਾਤਰਮ ਇੱਕ ਨੈਸ਼ਨਲਿਸਟਿਕ ਨਾਰਾ ਹੋ ਗਿਆ ਇਹਨਾਂ ਦਾ ਨਹੀਂ ਸੀ ਇਹ ਤਾਂ ਬੋਲੇ ਸੋਨਹਾਲ ਬੋਲ ਸੀ ਜਿਹੜੇ ਮੁੰਡੇ ਨੇ ਬਾਗ ਮਿਲਖਾ ਬਾਗ ਦੇ ਵਿੱਚ ਕੰਮ ਕੀਤਾ ਸੀ ਜਿਹੜਾ ਛੋਟੀ ਉਮਰ ਦੇ ਵਿੱਚ ਮਿਲਖਾ ਸਿੰਘ ਬਣਿਆ ਉਸੇ ਮੁੰਡੇ ਦੀ ਚੋਣ ਕਿਉਂ ਤੁਹਾਨੂੰ ਸਰਤਾਜ ਕਿਵੇਂ ਮਿਲਿਆ ਪਹਿਲੇ 7-8 ਦਿਨ ਮੈਂ ਉਹਦੇ ਨਾਲ ਉਹ ਸੀਨ ਕੀਤੇ ਜਿੱਥੇ ਕੋਈ ਡਾਇਲੋਗ ਨਹੀਂ ਸੀ 8 ਦਿਨ ਸਰਤਾਜ ਬੋਲਿਆ ਨਹੀਂ ਬੋਲਿਆ ਨਹੀਂ ਜੀ ਤੁਸੀਂ ਬਾਅਦ ਦੇ ਵਿੱਚ ਸਰਤਾਜ ਦੇ ਨਾਲ ਮਿਲ ਕੇ ਫਿਲਮ ਬੜਾਈ ਕੋਈ ਨਹੀਂ ਉਹ ਕਿਉਂ ਉਹ ਕੁਝ ਹੋਰ ਤਰ੍ਹਾਂ ਦੀਆਂ ਫਿਲਮਾਂ ਬਣਾਉਣ ਲੱਗ ਪਿਆ ਹੋ ਸਕਦਾ ਉਹਨੂੰ ਲੱਗਿਆ ਕਿ ਲੱਗਦਾ ਹੋਇਆ ਕਿ ਮੈਂ ਉਹਦਾਂ ਦੀਆਂ ਫਿਲਮ ਨਹੀਂ ਡਾਇਰੈਕਟ ਕਰ ਸਕਦਾ ਇਹ ਉਹਦਾ ਉਹਦੀ ਜਨਕਿ ਉਹਦੀ ਉਹਦੀ ਚੋਇਸ ਸੀ ਉਹਦੀ ਚੋਇਸ ਯਾਨੀ ਸੋਚ ਸੀ ਕਿ ਮੈਂ ਉਸ ਤਰ੍ਹਾਂ ਦੀਆਂ ਫਿਲਮ ਬਣਾਉਂਦੇ ਮੈਂ ਕਵੀ ਰਾਜਨ ਨਹੀਂ ਬਣਾਉਣੀ ਫੋਨ ਦੇ ਟੱਲੇ ਖੜਕ ਜਾਂਦੀ ਘਰੇ ਕਦੇ ਬਹੁਤ ਕੱਟ ਬਹੁਤ ਕੱਟ ਮੈਂ ਝੂਠ ਨਹੀਂ ਬੋਲਾਂਗਾ ਮੈਂ ਸੱਚ ਬੋਲਾਂਗਾ ਹਾਜ਼ਰ ਜੰਝਦਾ ਵਿਚਾਰ ਸਤਿ ਸ਼੍ਰੀ ਅਕਾਲ ਜੀ ਪ੍ਰਾਈਮੇਰੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਚਾਹੀਦਾ ਵਿਚਾਰ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਹੋ ਗਏ ਆ ਮੈਂ ਹਰਮਨ ਥਿੰਦ ਹਰ ਰੋਜ਼ੀ ਤਰ੍ਹਾਂ ਮੇਰੇ ਨਾਲ ਨੇ ਸਵਰਨ ਸਿੰਘ ਟੈਣਾ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਚੜ੍ਹਦੀ ਕਲਾ ਜਿੰਦਾਬਾਦ ਟੈਣਾ ਸਾਹਿਬ ਆਪਾਂ ਅਕਸਰ ਇਹ ਗੱਲ ਕਰਦੇ ਆ ਕਿ ਇਤਿਹਾਸ ਦੀ ਗੱਲ ਹੋਣੀ ਚਾਹੀਦੀ ਹੈ ਬਿਲਕੁਲ ਹੋਣੀ ਚਾਹੀਦੀ ਹੈ ਸਾਡੇ ਅਤੀਤ ਦੀ ਗੱਲ ਹੋਣੀ ਚਾਹੀਦੀ ਹੈ ਸਾਡੀਆਂ ਪੀੜ੍ਹੀਆਂ ਨੂੰ ਸਾਡੇ ਅਤੀਤ ਦੇ ਬਾਬਤ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਤੇ ਅੱਜ ਸਾਡੇ ਵਿਹੜੇ 'ਚ ਜਿਹੜੇ ਮਹਿਮਾਨ ਆਏ ਨੇ ਉਹ ਵੀ ਇਤਿਹਾਸ ਦੀ ਬਾਤ ਪਾਉਂਦੇ। ਦੇਖੋ ਹਰਮਨ ਜੀ ਗੱਲ ਤੁਹਾਡੀ ਬਿਲਕੁਲ ਸਹੀ ਆ 16 ਨੇ ਸੱਚ ਆ ਵੀ ਸਾਨੂੰ ਆਪਣੀ ਇਤਿਹਾਸ ਦੀ ਜਾਣਕਾਰੀ ਹੋਣੀ ਚਾਹੀਦੀ ਆ। ਜੀ ਪਰ ਜੇਕਰ ਆਪਾਂ ਆਪਦੇ ਆਲੇ-ਦੁਆਲੇ ਵਾਲੇ 'ਚ ਆਤ ਮਾਰ ਗਏ ਤਾਂ ਇਤਿਹਾਸ ਦੀਆਂ ਕਿਤਾਬਾਂ ਪੜਦੇ ਕਿੰਨੇ ਕਿ ਲੋਕ ਆ। ਸਹੀ ਅੱਜ ਕੱਲ ਤੇ ਵੀ ਫੇਸਬੁੱਕ ਦੀਆਂ ਪੋਸਟਾਂ ਵੇਖੀਆਂ ਸਾਨੂੰ ਇੰਉਂ ਲੱਗਦਾ ਵੀ ਇਤਿਹਾਸ ਇਹੀ ਆ। ਦੋ ਚਾਰ ਆਪ ਲਿਖਤੀਆਂ ਲੱਗਦਾ ਇਤਿਹਾਸ ਬਣੀ ਸਿਰਜਤਾ। ਹੂੰ ਹੂੰ ਅੱਜ ਕੱਲ ਗੱਲ ਇਹ ਬਣੀ ਪਈ ਆ ਪਰ ਜਦੋਂ ਅਸੀਂ ਇਤਿਹਾਸ ਦੇ ਪੰਨੇ ਪੜਦੇ ਆ ਸਾਡੇ ਬ ਜਿਨ੍ਹਾਂ ਦੇ ਵੱਲ ਅਸੀਂ ਸਿਰਫ ਇੱਕ ਤਾਂ ਸ਼ਹੀਦੀ ਦੇਣ ਮੌਕੇ ਇੱਕ ਜਨਮ ਦਿਨ ਦੇ ਮੌਕੇ ਦੇ ਉੱਤੇ ਚੇਤੇ ਦੇ ਵਿੱਚ ਲਿਖਿਆ ਆਉਂਦੇ ਆ ਬਾਕੀ ਸਾਨੂੰ ਕੱਖ ਨਹੀਂ ਪਤਾ ਉਹਨਾਂ ਦੇ ਬਾਰੇ ਬਿਲਕੁਲ ਉਹਦਾ ਸਾਨੂੰ ਇਹ ਵੀ ਨਹੀਂ ਪਤਾ ਵੀ ਕਿਹਦਾ ਸ਼ਹੀਦੀ ਦਿਹਾੜਾ ਕਦੋਂ ਆ ਕਿਹਦਾ ਜਨਮ ਦਿਹਾੜਾ ਕਦੋਂ ਆ ਪਰ ਇੱਕ ਸ਼ਹੀਦ ਕਰਤਾਰ ਸਿੰਘ ਸਰਾਭਾ ਵੀ ਹੋਏ ਨਹੀਂ ਜੀ ਪੰਜਾਬੀ ਨਾਂ ਤੋਂ ਵਾਕਿਫ ਨੇ ਭਾਵੇਂ ਤਰੀਕ ਤੋਂ ਵਾਕਿਫ ਨਾ ਹੋਣ ਬਹੁਤੇ ਸ਼ਹੀਦੀਆਂ ਦਾ ਪਤਾ ਨਹੀਂ ਹੋਣਾ ਜੀ ਜਨਮ ਦਿਨਾਂ ਦਾ ਪਤਾ ਨਹੀਂ ਹੋਣਾ ਪਰ ਉਹਨਾਂ ਦੀ ਜ਼ਿੰਦਗੀ ਦੇ ਉੱਤੇ ਉਹਨਾਂ ਦੇ ਸੰਘਰਸ਼ ਦੇ ਉੱਤੇ ਉਹਨਾਂ ਦੀ ਕਲਣਾ ਦੇ ਉੱਤੇ ਉਹਨਾਂ ਦੀਆਂ ਕੁਰਬਾਨੀਆਂ ਦੇ ਉੱਤੇ ਉਹਨਾਂ ਦੀਆਂ ਪ੍ਰਾਪਤੀਆਂ ਦੇ ਉੱਤੇ ਉਹਨਾਂ ਦੀ ਸੋਚ ਦੇ ਉੱਤੇ ਇੱਕ ਫਿਲਮ ਆ ਰਹੀ ਹੈ ਨਾ ਹੈ ਸਰਾਬਾ ਜੀ 3 ਤਰੀਕ ਨੂੰ ਆ ਰਹੀ ਹੈ 3 ਨਵੰਬਰ ਨੂੰ ਤੇ ਉਸ ਫਿਲਮ ਦੇ ਲੇਖਕ ਤੇ ਨਿਰਦੇਸ਼ਕ ਕਵੀ ਰਾਜ ਭਾਈ ਜੀ ਸਾਡੇ ਕੋਲੇ ਆਏ ਨਹੀਂ ਅਮਰੀਕਾ ਦੇ ਸ਼ਹਿਰ ਲਾਸ ਐਂਜਲਸ ਦੇ ਵਿੱਚ ਰਹਿੰਦੇ ਨੇ ਜਿੱਥੇ ਬੜੇ ਤਕੜੇ ਤਕੜੇ ਗੋਰੇ ਸਪਾਈਡਰਮੈਨ ਬਣਦੇ ਆ ਆਪਾਂ ਪਹਿਲਾਂ ਕਰਨੇ ਸਵਾਗਤ ਤੇ ਫਿਰ ਕਰਾਂਗੇ ਅਗਲੀ ਗੱਲ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਪ੍ਰੋਗਰਾਮ ਸਸਵੀ ਕਾਲੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਤੇ ਪ੍ਰਾਈਮ ਜੀ ਜਦਾ ਕਿ ਮੈਨੂੰ ਵੀ ਲਾਸ ਏਂਜਲਸ ਤੋਂ ਆ ਕੇ ਆਉਣ ਦਾ ਮੌਕਾ ਦਿੱਤਾ ਕਰਨਾ ਕੁਝ ਵਿਚਾਰ ਸਾਂਝੇ ਕੀ ਅੱਜ ਜੀ ਕੁਝ ਲਾਸ ਏਂਜਲਸ ਦੇ ਬਾਰੇ ਕੁਝ ਸਰਾਬੇ ਦੇ ਬਾਰੇ ਕੁਝ ਬਹੁਤ ਮਿਹਰਬਾਨੀ ਤੁਹਾਨੂੰ ਜੀ ਆਇਆਂ ਨੂੰ ਬਹੁਤ ਬਹੁਤ ਤੁਸੀਂ ਸਾਡੇ ਬਹੁਤ ਸਤਿਕਾਰ ਦੇ ਪਾਤਰੋਂ ਕਿਉਂਕਿ ਅਸੀਂ ਤੁਹਾਡੀ ਦਾ ਬਲੈਕ ਪ੍ਰਿੰਸ ਸਤੰਦਰ ਸਰਤਾਜ ਦੀ ਪਹਿਲੀ ਫਿਲਮ ਹੈ ਜਿਹੜੀ ਤੁਹਾਡੀ ਨਿਰਦੇਸ਼ਿਤ ਕੀਤੀ ਅੱਜ ਤੱਕ ਉਹ ਫਿਲਮ ਪੰਜਾਬੀਆਂ ਦੇ ਚੇਤੇ ਦੇ ਵਿੱਚ ਵਸੀ ਹੋਈ ਆ ਹਾਂਜੀ ਇਹੋ ਜੇ ਸ਼ਾਹਕਾਰ ਬਣਾਉਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਵੀ ਧੰਨਵਾਦ ਕਿ ਤੁਸੀਂ ਦੇਖੀ ਫਿਲਮ ਅੱਜ ਵੀ ਗੱਲਾਂ ਕਰ ਰਹੇ ਹਾਂ ਬਹੁਤ ਮਿਹਰਬਾਨੀ ਚਾਰ ਸਾਲ ਹੋ ਗਏ ਫਿਲਮ ਰਿਲੀਜ਼ ਹੋਈ ਨੂੰ ਤੇ ਉਹ ਫਿਲਮ ਹੈ ਇਸ ਤਰ੍ਹਾਂ ਦੀ ਸੀ ਕੁਝ ਹਮ ਕੁਝ ਕੋਸ਼ਿਸ਼ ਵੀ ਕੀਤੀ ਕੁਝ ਮਿਹਨਤ ਵੀ ਕੀਤੀ ਤੇ ਕੁਝ ਕੁਦਰਤੀ ਵੀ ਉਸਰ ਦੀ ਬਣ ਗਈ ਫਿਲਮ ਉਹ ਹਮ ਕਿ ਕੋਸ਼ਿਸ਼ ਵੀ ਇਹ ਹੁੰਦੀ ਹੈ ਇੱਕ ਰਾਈਟਰ ਦਾ ਡਾਇਰੈਕਟਰ ਦਾ ਸਪੈਸ਼ਲੀ ਮੇਰੇ ਵਰਗਾ ਕੋਈ ਹੋਵੇ ਕਿ ਮੈਂ ਉਦਾਂ ਦੀ ਫਿਲਮ ਬਣਾਵਾਂ ਜਿਹੜੀ ਕਿ 5 ਸਾਲ 10 ਸਾਲ 15 ਵੀ 25 ਸਾਲ 100 ਸਾਲ ਨੇ ਵੀ ਕੋਈ ਦੇਖੀਦਾ ਯਾਰ ਹਮ ਤੁਸੀਂ ਸਾਈ ਤੇ ਫਿਲਮਾਂ ਨਹੀਂ ਬਣਾਉਂਦੇ ਵੀ ਪਾਈ ਆਪਾਂ 20 ਦਿਨਾਂ ਦੇ ਵਿੱਚ ਤਿਆਰ ਕਰਕੇ ਦੇਣੀ ਹੈ ਮੈ ਮੈਤੋਂ ਨਹੀਂ ਬਣਦੀ ਵੀ ਉਹਨਾਂ ਦੇ ਵਿੱਚ ਉਹ ਵੀ ਹੈ ਫਿਲਮ ਬਣਦੀਆਂ ਜਿਹੜੇ 20 ਵੀ 25 25 30 ਦਿਨ ਦੇ ਵਿੱਚ ਤੇ ਮੇਰੇ ਤਾਂ ਰਿਸਰਚ ਦੇ ਵਿੱਚ ਬੜਾ ਟਾਈਮ ਲੱਗ ਜਾਂਦਾ ਹਾਂ ਜੀ ਫਿਰ ਉਹਦੀ ਪ੍ਰੀ ਪ੍ਰੋਡਕਸ਼ਨ ਜਿਹਨੂੰ ਕਹਿੰਦੇ ਪ੍ਰੈਪਰੇਸ਼ਨ ਤਿਆਰ ਕਰ ਮੈਂ ਬੜਾ ਆਰਗੇਨਾਈਜ਼ ਤਰੀਕੇ ਨਾਲ ਚੱਲਦਾ ਮੈਨੂੰ ਹਰ ਸੀਨ ਦਾ ਪਤਾ ਹੁੰਦਾ ਮੈਂ ਕੀ ਸ਼ੂਟ ਕਰਨਾ ਕਿੱਦਾਂ ਕਰਨਾ ਤੇ ਮੈਂ ਉਹਨੇ ਕੇ ਲਾਸਟ ਮਿੰਟ ਤੇ ਸੈਟ ਤੇ ਬੈਠ ਕੇ ਮੈਂ ਡਾਇਲੋਗ ਲਿਖ ਰਿਹਾ ਇਹ ਨਾ ਮੈਂ ਲਿਖ ਸਕਦਾ ਇੰਨਾ ਇੰਨਾ ਇੰਨੇ ਮਿਰਚ ਹਿੰਮਤ ਵੀ ਨਹੀਂ ਇਹ ਦਿੰਦੇ ਮਿਰਚਾ ਮੇਰਾ ਮੇਰੇ ਕੋਲ ਇੰਨਾ ਨੋਲੇਜ ਵੀ ਨਹੀਂ ਹੈ ਇਨੀ ਜਾਣਕਾਰੀ ਵੀ ਨਹੀਂ ਹੈ ਦਵਾ ਦਾ ਮੈਂ ਕਿ ਸਕਿੰਟ ਚ ਲਿਖ ਦਿਆ ਮੇਰੇ ਦਿਮਾਗ ਕੋ ਸੋਚਣਾ ਬੰਦਾ ਜੀ ਨਾਲੇ ਵੈਸੇ ਵੀ ਟਾਣਾ ਸਾਬ ਜਿਹੜੀਆਂ 20 25 ਦਿਨਾਂ ਚ ਬਣਦੀਆਂ ਨੇ ਉਹ ਕਈ ਵਾਰ ਚੱਲਦੀਆਂ ਵੀ 20 25 ਦਿਨਾਂ ਹੀ ਆ ਬਸ ਉਸ ਤੋਂ ਬਾਅਦ ਕਿਤੇ ਉਹਨਾਂ ਦਾ ਨਾਂ ਨਹੀਂ ਹੁੰਦਾ ਉਹ ਭੁੱਲ ਵੀ ਜਾਂਦੀਆਂ ਨੇ ਇਸੇ ਵਿੱਚੋਂ ਬਾਹਰ ਨਿਕਲਦੀ ਭੁੱਲ ਜਾਂਦੇ ਕੀ ਦੇਖ ਕੇ ਆਏ ਆ ਹੂੰ ਉਹ ਇਹ ਨਹੀਂ ਕਿ ਇੱਥੇ ਪੰਜਾਬੀ ਚ ਬਣਦੀਆਂ ਨੇ ਦੁਨੀਆ ਚ ਬਣਦੀਆਂ ਨੇ ਹਾਲੀਵੁੱਡ ਵੀ ਬਣਾਉਂਦੇ ਉਹਨਾਂ ਦੇ ਪਰ ਤੁਸੀਂ ਤਾਂ ਹਾਲੀਵੁੱਡ ਦੇ ਕਾ ਫਿਲਮਾਂ ਚ ਵੀ ਬੜੀਆਂ ਚੰਗਾ ਕੰਮ ਕੀਤਾ ਹਾਂਜੀ ਤੁਹਾਨੂੰ ਤਾਂ ਸਾਰਿਆਂ ਨੂੰ ਪਤਾ ਵੀ ਹਿੰਦੀ ਚ ਕਿਵੇਂ ਕੰਮ ਕਰਦੇ ਪੰਜਾਬੀ ਚ ਕਿਵੇਂ ਗੋਰੇ ਕਿਵੇਂ ਕੰਮ ਕਰਦੇ ਆ ਹਾਂਜੀ ਜਿਹੜਾ ਸਪਾਈਡਰਮੈਨ ਉਹ ਤਾਰਾਂ ਜ ਉਹ ਸਾਡੇ ਕਹਿੰਦੇ ਉੱਥੇ ਪ੍ਰਬੰਧ ਬੜੇ ਤਕੜੇ ਹੁੰਦੇ ਆ ਜਿਹੜੀਆਂ ਉੱਥੋਂ ਦੀਆਂ ਫਿਲਮਾਂ ਉਹਦੇ ਵਿੱਚ ਕਹਿੰਦੇ ਵੀ ਐ ਨਹੀਂ ਛੁਰਲੀ ਛੱਡ ਜਾ ਮਹਿਕਮਾ ਵੀ ਇਹ ਕੈਨੂੰ ਬਾੜ ਲੋ ਵਿੱਚ ਇਹ ਕੈਨੂੰ ਬਾੜ ਲੋ ਕਹਿੰਦੇ ਸਾਰਾ ਕੁਝ ਪ੍ਰਬੰਧ ਬੜਾ ਟੁਕਮਾ ਹੁੰਦਾ ਹਾਂਜੀ ਹਾਂ ਇਹ ਤੋਦ ਹੈ ਤੇ ਉਹਨੂੰ ਆਪਣੇ ਆਪ ਨੂੰ ਹਾਲੀਵੁੱਡ ਕਹਾਂਦੇ ਨੇ ਕਿ ਇੱਕ ਲੀਡਿੰਗ ਇੰਡਸਟਰੀ ਦੁਨੀਆ ਦੀ ਨੰਬਰ 1 ਇੰਡਸਟਰੀ ਆ ਉਹ ਸੋਚ ਹੀ ਕੋਈ ਛੁਰਤ ਰੰਦੀ ਆ ਉਹ ਜਿਸ ਤਰ੍ਹਾਂ ਉਹ ਕੰਮਾਂ ਵਾਲਾ ਇਹ ਉਹ ਵਾ ਹੀਰੋ ਲਬਲ ਨਵੇਂ ਨਵੇਂ ਹੀਰੋ ਕ੍ਰੀਏਟ ਕਰਦੇ ਦਿੰਦੇ ਨੇ ਬੰਦੇ ਰਹਿੰਦੇ ਨੇ ਪਰ ਤੁਸੀਂ ਉਸ ਮੁਲਕ ਦੇ ਵਿੱਚ ਰਹਿੰਦੇ ਹੋ ਜਿੱਥੇ ਨਕਲੀ ਹੀਰੋ ਬਣਾਏ ਜਾਂਦੇ ਨੇ ਨਕਲੀ ਨਾਇਕ ਬਣਾਏ ਜਾਂਦੇ ਨੇ ਨਕਲੀ ਨਾਇਕਾਂ ਦੀ ਗੱਲ ਹੁੰਦੀ ਹੈ ਪਰ ਉਸ ਮੁਲਕ ਚ ਰਹਿ ਕੇ ਅਸਲ ਨਾਇਕਾਂ ਦੀ ਬਾਤ ਪਾਉਣ ਲੱਗ ਗਿਓ ਤੁਸੀਂ ਦੇਖੋ ਨਾ ਜੀ ਪਹਿਲਾਂ ਵੀ ਪਾਈ ਹੁਣ ਵੀ ਪਾਉਣ ਲੱਗ ਗਿਓ ਇਹ ਫਰਕ ਤੁਹਾਨੂੰ ਕਿਵੇਂ ਫਰਕ ਹਾਂ ਹਾਂ ਉਸ ਮੁਲਕ ਦੀ ਉਸ ਉਸ ਇੰਡਸਟਰੀ ਚ ਜਿਸੇ ਕਿ ਨਕਲੀ ਨਾਇਕ ਨੂੰ ਇੱਕ ਸਹੀ ਤਰੀਕੇ ਨਾਲ ਦਿਖਾਉਣਾ ਕਿ ਤੁਸੀਂ ਉਹ ਜਿਹੜੇ 2 ਘੰਟਾ ਦੇ ਡੇਢ ਕਿਨਾਂ 2 ਘੰਟੇ ਸਨਵੇ ਜੀ ਬੇਨ ਦੇ ਤੁਹਾਨੂੰ ਲੱਗਦਾ ਕਿ ਹਾਂ ਇਸ ਤਰ੍ਹਾਂ ਵੀ ਹੋ ਸਕਦਾ ਉਹ ਉੱਥੋਂ ਸਿੱਖ ਕੇ ਤੇ ਮੇਰੀ ਸੋਚ ਇਹ ਕਿ ਨਹੀਂ ਕਿ ਮੇਰੇ ਅਸਲੀ ਨਾਇਕ ਵੀ ਨੇ ਉਦਾਂ ਦੇ ਸਾਡੇ ਇੱਕ ਫਿਗਰਸ ਹੋਏ ਨੇ ਸਾਡੀ ਹਿਸਟਰੀ ਦੇ ਵਿੱਚ ਜੀ ਅਗਰ ਅਸੀਂ ਅਸਲੀਆਂ ਨੂੰ ਲੈ ਕੇ ਅਸਲੀ ਚੀਜ਼ ਦਿਖਾਈ ਤਾਂ ਉਹ ਕਿਸੇ ਹੋਰ ਹੀ ਲੈਵਲ ਤੇ ਆ ਸਕਦੀ ਹੈ ਹਮ ਮੈਂ ਫਿਰ ਇਹ ਜਿਹੜੀਆਂ ਫਿਲਮਾਂ ਬਣਾਉਣਾ ਹੈ ਜਿੱਦਾਂ ਬਲੈਕ ਪ੍ਰਿੰਸ ਬਣਾਇਆ ਤੇ ਸਾਹਾ ਬਣੀ ਯੂ نو ਇਹ ਸੋਚਣਾ ਬਣਾਈ ਹੈ ਕਿ ਕੋਈ ਅਸਲੀ ਨਾਇਕ ਵੀ ਹੋਣ ਉਹ ਸਾਡੇ ਹਿਸਟੋਰੀਕਲ ਫਿਗਰ ਜਿਹੜੇ ਕਿ ਇੰਨਾ ਕੁਝ ਕਰ ਗਏ ਨੇ ਕਿ ਦੁਨੀਆਂ 'ਚ ਕਿਸੇ ਹਿਸਟਰੀ 'ਚ ਉਹ ਉਹ ਐਗਜ਼ਾਮਪਲ ਨਹੀਂ ਮਿਲਦਾ ਕਿ ਉਹ ਵੀ ਹੂੰ ਤੇ ਸਾਡਾ ਇਤਿਹਾਸ ਭਰਿਆ ਪਿਆ ਉਹਨਾਂ ਨੇ ਅਸੀਂ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਕਿਹਾ ਹਾਂ ਨਾਂ ਜਾਣਦੇ ਆ ਸਰਾਬਾ ਇਹ ਵੀ ਸ਼ਾਇਦ ਜਾਣਦੇ ਹੋ ਕਿ ਕਦੋਂ ਜੰਮਿਆ ਸੀ ਕਦੋਂ ਮਰਿਆ ਸੀ ਕਦੋਂ ਫਾਂਸੀ ਹੋਈ ਸੀ ਪਰ ਉਹਦੇ ਬਾਰੇ ਕੁਝ ਨਹੀਂ ਜਾਣਦੇ ਸੀ ਹੂੰ ਤੇ ਇਹ ਚੀਜ਼ਾਂ ਸੋਚ ਕੇ ਕਿ ਮੈਂ ਪਹਿਲਾਂ ਮੈਂ ਵੀ ਕੁਝ ਨਹੀਂ ਜਾਣਦਾ ਸੀ ਪਰ ਕਬੀਰ ਰਾਜ ਜੀ ਦੇ ਮਨ ਦੇ ਵਿੱਚ ਕਦੇ ਢੁੜਕੂ ਨਹੀਂ ਹੁੰਦਾ ਵੀ ਅੱਜਕੱਲ ਫਿਲਮਾਂ ਦੇਖੋ ਕਿ ਹੋਜੀਆਂ ਚੱਲ ਪਈਆਂ ਹਾਂਜੀ ਅੱਜਕੱਲ ਹਾਸਾ ਠੱਠਾ ਹਾਂਜੀ ਵਿਆਹ ਵਾਲੇ ਸੀਨ 댕ਗੜ 댕ਗੜ ਉੱਚੀ ਉੱਚੀ ਟੁਟਕਲੇ ਸੁਣਾਉਣੇ ਹਾਂ ਪੂਰੇ ਸਿਨੇਮੇ ਦੇ ਵਿੱਚ ਅੱਜ ਕੱਲ ਇਹੋ ਜੀਆਂ ਫਿਲਮਾਂ ਦਾ ਰੌਣਕ ਚੱਲਦਾ ਹਾਂਜੀ ਬਹੁਤਿਆਂ ਦਾ ਸਾਰੀਆਂ ਤਾਂ ਨਹੀਂ ਮੈਂ ਕਹਿੰਦਾ ਕਈ ਵਾਰੀ ਲੀ ਪਾੜ ਕੇ ਚੱਲੇ ਲੋਕ ਵੀ ਬਹੁਤ ਕਾਮਯਾਬ ਹੁੰਦੇ ਆ ਹਾਂਜੀ ਤੁਸੀਂ ਬਿਲਕੁਲ ਲੀ ਪਾੜ ਕੇ ਚੱਲਦੇ ਤੁਸੀਂ ਕਦੇ 5 ਸਾਲਾਂ ਬਾਅਦ ਕਦੇ 7ਾਂ ਵਰਿਆਂ ਬਾਅਦ ਇੱਕ ਫਿਲਮ ਲੈ ਆਂਦੀ ਤੁਹਾਨੂੰ ਐ ਨਹੀਂ ਲੱਗਦਾ ਵੀ ਭਾਈ ਸਾਡੇ ਪੰਜਾਬੀਆਂ ਦੇ ਚੇਤੇ ਇੰਨੇ ਮਜ਼ਬੂਤ ਨਹੀਂ ਵੀ ਚੇਤੇ ਦੇ ਵਿੱਚ ਪਹਿਲਾਂ ਵਾਲੀ ਗੱਲ ਟਿਕੀ ਰਹਿੰਦੀ ਨਸਮ ਹਾਂਜੀ ਪਰ ਜੋ ਟਿੱਕਦੀ ਆ ਤੇ ਉਹ ਕਦੇ ਜਾਂਦੀ ਵੀ ਨਹੀਂ ਹੈ ਜਿਸ ਤਰ੍ਹਾਂ ਤੁਸੀਂ ਬਲੈਕ ਪ੍ਰਿੰਸ ਦਾ ਜ਼ਿਕਰ ਕੀਤਾ ਉਹ ਟਿੱਕੀ ਹੋਈ ਹੈ ਲੋਕਾਂ ਦੇ ਦਿਮਾਗ ਤੇ ਵਿੱਚ ਤੇ ਅੱਜ ਤੱਕ ਵੀ ਅਸੀਂ ਉਦਵੀ ਗੱਲਾਂ ਗੱਲਾਂ ਕਰਦੇ ਉਸ ਫਿਲਮ ਦੀ ਮੈਨੂੰ ਇਹੋ ਆਸ ਹੁੰਦੀ ਹੋਈ ਉਮੀਦ ਹੁੰਦੀ ਹੈ ਕਿ ਮੈਂ ਇਸ ਤਰ੍ਹਾਂ ਦੀ ਕੋਈ ਚੀਜ਼ ਕਰਾਂ ਜਿਹੜੀ ਕਿ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ 5 10 15 ਸਾਲ ਬਾਅਦ ਵੀ ਉਹ ਟਿੱਕੀ ਰਹੇ ਦਿਮਾਗ ਦੇ ਵਿੱਚ ਸੋਚਨੋ ਦੇ ਬਾਰੇ ਹੁਣ ਕਈਆਂ ਨੇ ਨਹੀਂ ਵੀ ਦੇਖੀ ਹੋਈ ਬਲੈਕ ਪ੍ਰਿੰਸ ਪਰ ਉਹਦੇ ਬਾਰੇ ਜਾਣਦੇ ਨੇ ਉਹਦੇ ਬਾਰੇ ਸੁਣਿਆ ਹੋਇਆ ਅੱਜ ਵੀ ਅਸੀਂ ਕਿਸੇ ਨੂੰ ਮੈਂ ਇਦਾਂ ਗੱਲਬਾਤ ਹੋ ਰਹੀ ਸੀ ਤੇ ਉਨੀ ਗੱਲ ਇਹ ਨਾ ਕੀਤੀ ਮੈਨੂੰ ਕਿ ਜਦੋਂ ਉਹ 10-12 ਵਾਰਾਂ ਵਾਰੀ ਦੇਖੀ ਹੁੰਦੀ ਉਹ ਫਿਲਮ ਪਰ ਜਦੋਂ ਪੁੱਛਿਆ ਦੇਖੀ ਕਿੰਨੀ ਨਹੀਂ ਦੇਖੀ ਨਹੀਂ ਹਾਲੇ ਅੱਛਾ ਜੀ ਤੇ ਉਹਦਾ ਇਹਦਾ ਵੀ ਇਹਦਾ ਵੀ ਕੋਈ ਇਫੈਕਟ ਹੁੰਦਾ ਇਸ ਚੀਜ਼ ਦਾ ਵੀ ਕਿ ਉਹ ਇੱਕ ਆਪਾਂ ਜਿਸ ਤਰ੍ਹਾਂ ਅੰਗਰੇਜ਼ੀ ਕਹਿੰਦੇ ਪੌਪ ਕਲਚਰ ਕਿ ਜਿਹੜਾ ਆਮ ਤੌਰ ਤੇ ਅੱਜ ਕੱਲ੍ਹ ਕਲਚਰ ਚੱਲ ਰਿਹਾ ਆ ਉਸ ਕਲਚਰ ਦੇ ਵਿੱਚ ਜੋ ਨਾ ਇੱਕ ਕਥਾਸਿਕ ਫਿਲਮ ਦਾ ਇੱਕ ਹਿਸਟੋਰੀਕਲ ਫਿਲਮ ਦੀ ਗੱਲਬਾਤ ਹੋਣ ਲਾਪੇ ਇਹਦਾ ਮਸਤ ਮਤਲਬ ਇਹ ਹੈ ਕਿ ਉਹ ਇਫੈਕਟ ਕਰ ਰਹੀਆਂ ਨੇ ਉਹਨਾਂ ਉਹਨਾਂ ਦੀ ਜਗ੍ਹਾ ਹੈਗੀ ਸਾਡੀ ਉਸ ਪੌਪ ਕਲਚਰ ਦੇ ਵਿੱਚ ਇਹ ਇਹ ਨਾ ਚੀਜ਼ਾਂ ਸੋਚ ਕੇ ਉਹ ਨਾ ਕਰਤਾਰ ਸਿੰਘ ਸਰਾਬਾ ਦੀ ਜ਼ਿੰਦਗੀ ਦੇ ਉੱਤੇ ਫਿਲਮ ਬਣਾਉਣ ਦਾ ਸੋਚਿਆ ਕਿਵੇਂ ਕਿਵੇਂ ਤੁਹਾਡੇ ਮਨ ਦੇ ਵਿੱਚ ਫੁਰਨਾ ਫੁਰਿਆ ਇਹ ਬੜੀ ਧੀਰ ਤੋਂ ਸੀ ਮੇਰੇ ਚ ਇਹ ਮੈਂ ਇਸ ਇੰਡਸਟਰੀ ਜੇ ਇਸ ਲਾਈਨ 'ਚ ਆਉਣ ਤੋਂ ਵੀ ਪਹਿਲਾਂ ਸੀ ਮੇਰੀ ਕੋਈ ਇੱਕ ਇਦਾਂ ਦੀ ਇੰਟਰੋਡਕਸ਼ਨ ਹੋਈ ਕਰਤਾਰ ਸਿੰਘ ਸਰਾਬਾ ਵਾਲਾ ਗਦਰ ਲਹਿਰ ਦੇ ਵਾਲਾ ਜਦੋਂ ਮੈਂ ਪਹਿਲਾਂ ਪਹਿਲਾਂ ਯੂ ਐਸ ਏ 'ਚ ਮੂਵ ਹੋਇਆ ਉਹ ਇੱਕ ਮੌਕਾ ਮਿਲਿਆ ਅਸੀਂ ਖੱਤਿਆਂ ਜੇ ਕੰਮ ਕਰ ਦਿੰਦੇ ਸਾਰੀ ਫੈਮਿਲੀ ਵਿੱਚ ਤੋੜ ਦਿੰਦੇ ਸੀਗੇ ਮੈਂ ਨਾਲ ਮੈਕਸੀਕੋ 'ਮੇ ਕੰਮ ਕਰਦੇ ਉਹ ਜਿਹੜੇ ਖਤਿਆਂ ਦੇ ਜਿਹੜੇ ਮਾਲਕ ਸੀ ਨਾ ਉਹ ਪੰਜਾਬੀ ਸੀ ਮੇਰੀ ਐਕਚੁਅਲੀ ਮੇਰੀ ਸਿਸਟਰ ਦੇ ਸਹੁਰਾ ਸਾਹਿਬ ਸੀਗੇ ਉਹ 1913 ਚ ਗਏ ਸੀ ਅਮਰੀਕਾ ਉਦੋਂ ਗਦਰ ਲਹਿਰ ਕਾਫੀ ਜ਼ੋਰ ਦੇ ਵਿੱਚ ਸੀ ਜੋ ਜੋਸ਼ਵੀ 1913 ਚ ਗਦਰ ਲਹਿਰ ਦੀ ਪਹਿਲੀ ਮੀਟਿੰਗ ਹੁੰਦੀ ਆ ਸਟੋਰੀ ਆਰਗਨ ਦੇ ਵਿੱਚ ਛੋਟਾ ਜਿਹਾ ਸ਼ਹਿਰ ਤੇ ਉਹ ਕਾਫੀ ਤੱਕ ਇਨਵੋਲ ਵੀ ਸੀਗੇ ਗਦਰ ਲਹਿਰ ਦੇ ਵਿੱਚ ਅੱਛਾ ਜੀ ਤਾਂ ਉਹਨੇ ਮੈਨੂੰ ਬੜੀਆਂ ਕਹਾਣੀਆਂ ਸੁਣਾਉਣੀਆਂ ਮੇਰੀ 15 16 ਸਾਲ ਦੀ ਉਸ ਸਾਢੇ 15 16 ਸਾਲ ਦੀ ਮੇਰੀ ਉਮਰ ਸੀ ਜਦੋਂ ਅਸੀਂ ਉਥੇ ਗਏ ਆ ਮੂਵ ਹੋਏ ਤਾਂ ਉਹਨੇ ਮੈਨੂੰ ਬਹੁਤ ਕਹਾਣੀਆਂ ਸੁਣਾਉਣੀਆਂ ਗਦਰ ਲਹਿਰ ਦੇ ਬਾਰੇ ਕਰਤਾਰ ਸਿੰਘ ਸਰਾਭਾ ਦੇ ਬ ਕਿੱਥੇ ਕੀ ਹੋਇਆ ਨਾਲ ਛੋੜੇ 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 ਜਿਹੇ ਪਿੰਡ ਚ ਰਹਿੰਦੇ ਸੀ ਸ਼ਹਿਰ ਦੇ ਵਿੱਚ ਉੱਥੇ ਆਪ ਨਾਲ ਦੇ ਪਿੰਡ ਚ ਸ਼ਹਿਰ ਚ ਇਹ ਹੋਇਆ ਸੀ ਇੱਥੇ ਹੋਇਆ ਸੀ ਜਿੱਥੇ ਕੋੜੇ ਰੱਖਦੇ ਸੀ ਉੱਥੇ ਸਾਰੇ ਰਹਿੰਦੇ ਹੁੰਦੇ ਸੀ ਕਿ ਉੱਥੋਂ ਜਿੱਥੋਂ ਕੋੜੇ ਪਾਣੀ ਪੀਂਦੇ ਸੀ ਉੱਥੋਂ ਪਾਣੀ ਕੱਢ ਕੇ ਸੀ ਆਪਣਾ ਖਾਣਾ-ਵਾਣਾ ਬਣਾਉਂਦੇ ਸੀ ਨੌਣਾ ਹੁਤੋਂ ਪਾਣੀ ਪੀਣਾ ਇਦਾਂ ਦੀ ਗੱਲਾਂ ਗੁਣ ਸੁਣਾਉਣੀ ਉਹਨਾਂ ਨੇ ਉਹ ਫਿਰ ਥੋੜਾ ਜਿਹਾ ਦਿਮਾਗ ਚ ਪੈ ਰਹੀ ਇਹ ਚੀਜ਼ ਜਦੋਂ ਮੈਂ ਪੜਨ ਲੱਗਾ ਫਿਰ ਅੱਗੇ ਫਿਰ ਮੈਨੂੰ ਇਦਾਂ ਕੁਝ ਨਾ ਕੋਈ ਚਾਂਸ ਮਿਲਦਾ ਰਿਹਾ ਜਿੱਥੇ ਕਿ ਗਦਰ ਲਹਿਰ ਦੇ ਬਾਰੇ ਗੱਲਾਂ ਬਾਤਾਂ ਸੁਣਦ ਇੱਕ ਮੌਕਾ ਮਿਲਿਆ ਮਿਲਣ ਦਾ ਇੱਕ ਕੇਸ ਸਿੰਘ ਢਿੱਲੋਂ ਜੀ ਸੇ ਉਹ ਗਦਰ ਲਾਇ ਦੇ ਲਾਸਟ ਸਰਵਾਈਵਿੰਗ ਸੈਕਟਰੀ ਸੀਗੇ ਜੀ ਹਾਂਜੀ ਉਹ ਗਦਰ ਲਾਇ ਦਾ ਹਲੇ ਵੀ ਸਾਰਾ ਕੁਝ ਉਹਨਾਂ ਸਮਾਨ ਸੰਭਾਲ ਕੇ ਬੈਠੇ ਹੋਏ ਸੀਗੇ ਕਰਚੇ ਦੇ ਵਿੱਚ ਜਿੱਤੇ ਕਿ ਬੇਸਮੈਂਟ 'ਚ ਗਦਰ ਲਾਇਰ ਦੀ ਉਹ ਪ੍ਰਿੰਟਿੰਗ ਪ੍ਰੈਸ ਸਪੇਸ ਜਿੱਥੇ ਕੋ ਗਦਰ ਦਾ ਪੇਪਰ ਛਪਦਾ ਹੁੰਦਾ ਸੀਗਾ ਅਰिजिनल ਪੇਪਰ ਦੇ ਛਪੇ ਹੋਏ ਜਿਹੜੇ ਉਸ ਪ੍ਰਿੰਟ ਇੰਪ੍ਰੈਸ ਉਹਦੇ ਥੱਦੇ ਥੱਦੇ ਫਲੋਰ ਤੇ ਪਏ ਹੁੰਦੇ ਸੀਗੇ ਅੱਛਾ ਮੈਂ ਉੱਥੇ ਜਾਣਾ ਉਹਨਾਂ ਕੋ ਸੁਣਦੇ ਰਹਿਣਾ ਕਹਾਣੀਆਂ ਉਹਨਾਂ ਨਾਲ ਗੱਲਾਂ ਕਰਦੇ ਰਹਿਣਾ ਮੈਂ ਅਗੇ ਵੀ ਕਿਰੀ ਦੇ ਸੇ ਇੱਕ ਇੱਕ ਦੀਵਾਰ ਸੀ ਸਾਹਮਣੇ ਜਦੋਂ ਮੈਂ ਪਹਿਲੀ ਵਾਰ ਗਿਆ ਉਨੀ ਮੈਨੂੰ ਟੁੱਟੀਏ ਕੁਰਸੀ ਤੇ ਬਿਠਾਇਆ ਤੇ ਦੀਵਾਰ ਦੇ ਉੱਤੇ ਫੋਟੋਆਂ ਲੱਗੀਆਂ ਸੀਗੀਆਂ ਬੜੀਆਂ ਰੰਗ ਵੀ ਉਹਨਾਂ ਦਾ ਪੀਲਾ ਜਿਹਾ ਹੋਇਆ ਸੀਗਾ ਛੋਟੇ ਛੋਟੇ ਫੋਟੋਗ੍ਰਾਫ ਲੱਗੀਆਂ ਸੀ ਪਹਿਲਵਾਨਾਂ ਦੀਆਂ ਸੀ ਮੈਂ ਬੋਲਿਆ ਮਾਮਾ ਅੰਕਲ ਇਹ ਕਿੰਨੀਆਂ ਪਹਿਲਵਾਨਾਂ ਦੀਆਂ ਫੋਟੋ ਕਿ ਕਿੱਥੋਂ ਆਈਆਂ ਕਿੱਦਾਂ ਆਇਆ ਤੇ ਉਦੋਂ ਕਿ ਆਸਾ ਸਿੰਘ ਮਸਾਨਾ ਜੀ ਨੇ ਇੱਕ ਟੂਰ ਕੀਤੀ ਸੀ ਯੂਬਾ ਸਿਟੀ ਇਸ ਇਲਾਕੇ ਦੀ ਪਹਿਲੀ ਵਾਰੀ ਸਿੰਗਰ ਗਏ ਤੇ ਮੈਂ ਕਿਹਾ ਜਿੱਦਾਂ ਤੁਹਾਡੇ گاਉਂ ਵਾਲੇ ਫਿਰਦੇ ਹਨਾ ਉਸ ਨਾਲ ਉਦੋਂ ਕਹਿੰਦੇ ਪਹਿਲਵਾਨ ਹੁੰਦੇ ਸੀ ਦਾ ਅੱਛਾ ਜੀ ਹਿੰਦੁਸਤਾਨ ਤੋਂ ਇੱਥੇ ਗੋਰਿਆਂ ਨਾਲ ਕਹਿੰਦੇ ਘੁਲਣ ਆਉਂਦੀ ਨਹੀਂ ਸੀਗੇ ਹੂੰ ਇਸ ਤਰ੍ਹਾਂ ਦਾ ਯਾਨੀ ਕਿ ਸਮਾਜ ਇਸ ਤਰ੍ਹਾਂ ਦਾ ਟਾਈਮ ਸੀ ਹਾਂ ਜੀ ਤੇ ਇਦਾਂ ਦੀਆਂ ਗੱਲਾਂ ਸੁਣ ਸੁਣ ਸੁਣਣ ਦੀ ਤੁਸੀਂ ਉਹ ਮੇਰੇ ਮਨ 'ਚ ਰਿਹਾ ਕਿ ਇਹ ਬਹੁਤ ਹੀ ਕੱਚਾ ਪੀਰੀਅਡਿਕ ਸਾਡੀ ਇੰਨੀ ਅੱਛੀ ਹਿਸਟਰੀ ਇੰਨੀਆਂ ਕੁਰਬਾਨੀਆਂ ਕਰਦਾ ਰਹਿ ਰਹੇ ਦਾ ਬਾਬਿਆਂ ਦੀਆਂ ਇਹ ਤੇ ਫਿਲਮ ਬਣਾਵਾਂਗੇ ਇਸੇ ਦਾ ਵਾ ਇਹ ਬਹੁਤ ਸਲਾਬਤ ਮੌਕਾ ਮਿਲਿਆ ਵੀ 30 40 ਸਾਲਾਂਵਾ ਦੇ ਮੌਕੇ ਮਿਲਿਆ ਫਿਲਮ ਨੂੰ ਬਹੁਤ ਤੇ ਫਿਰ ਕਿੰਨੀ ਰਿਸਰਚ ਕੀਤੀ ਹੈ ਸਭ ਕੁਝ ਦੇ ਉੱਪਰ ਕਿੰਨਾ ਸਮਾਂ ਲੱਗਿਆ ਰਿਸਰਚ ਕੀਤੀ ਉਹ ਕਿਤਾਬ ਬੜੀਆਂ ਕਿਤਾਬਾਂ ਲਿਖੀਆਂ ਹੋਈਆਂ ਪੰਜਾਬੀ ਜੇ ਇੰਗਲਿਸ਼ ਦੇ ਵਿੱਚ ਗਦਰ ਲਹਿਰ ਦੇ ਉੱਤੇ ਬੜੀਆਂ ਉਹ ਵੀ ਉਹਨਾਂ ਜਗ੍ਹਾ ਤੱਕ ਵੀ ਮੈਂ ਗਿਆ ਜਿੱਥੇ ਗਦਰ ਲਹਿਰ ਦੀਆਂ ਕੁਝ ਇਵੈਂਟਸ ਵੀਆਂ ਨੇ ਜਿੱਥੇ ਪਹਿਲੀ ਮੀਟਿੰਗ ਹੋਈ ਉਸ ਉਹ ਸ਼ਹਿਰ ਮੈਂ ਗਿਆ ਉੱਥੇ ਮੈਂ ਐਕਚੁਅਲੀ ਇੱਕ ਹੋਰ ਫਿਲਮ ਬਣਾਈ ਥੀ ਅੱਗੇ ਉਹ ਹਾਲ ਦੇਖਿਆ ਜਿੱਥੇ ਮੀਟਿੰਗ ਸੀ ਅੱਛਾ ਜੀ ਉਹ ਹਾਲੇ ਵੀ ਹੈਗਾ ਉਹਦੀ ਸ਼ਕਲ ਥੋੜੀ ਉਸ ਤਰ੍ਹਾਂ ਨਹੀਂ ਹੈ ਤੇ ਬਾਕੀ ਵੀ ਜਿੱਥੇ 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 ਲੰਬਰ ਮਿਲ ਹੁੰਦੀ ਸੀ ਜਿੱਥੇ ਕੰਮ ਕਰਦੇ ਸੀ ਇੱਕ ਲੱਕੜਹਾਰਾ ਸੀ ਉਹ ਸੀ ਉਹ ਸੀ ਟਾਊਨ ਦੇ ਵਿੱਚ ਉਹ ਹੈ ਨਹੀਂ ਹੁਣ ਉਹ ਤੇ ਅੱਗ ਲੱਗੀ ਸੀ ਉਹ ਜਗ੍ਹਾ ਦੇਖੀ ਜਿੱਥੇ ਛੋਟੇ ਛੋਟੇ ਘਰ ਬਣੇ ਹੋਏ ਨੇ ਉਹਦੇ ਨਾਲ ਵੀ ਇੱਕ ਤਰ੍ਹਾਂ ਦੀ ਫੀਲਿੰਗ ਆਉਂਦੀ ਹੈ ਕਿ ਸਹੀ ਹਾਂ ਉਸ ਜਗ੍ਹਾ ਗਿਆ ਐਂਜਲ ਆਇਲੈਂਡ ਉਦੀ ਅਸੀਂ ਇੱਕ ਵੀਡੀਓ ਹੀ ਪਿੱਛੇ ਜੇ ਰਿਲੀਜ਼ ਕੀਤੀ ਆ ਜਿੱਥੇ ਕਿ ਕਰਤਾਰ ਸਿੰਘ ਲੱਭਾ ਪਿਲੀਆ ਰੀ ਗਿਆ ਸੀਗਾ ਇਸ ਸੈਂਟ ਫਰਾਂਸਿਸਕੋ ਨਾਲ ਛੋਟਾ ਜਿਹਾ ਆਇਲੈਂਡ ਆ ਉਦੋਂ ਦੋ ਜਗ੍ਹਾ ਸੀ ਅਮਰੀਕਾ ਜਿਹਦੇ ਜਾਣਾ ਜਾ ਹੈ ਐਂਜਲ ਆਇਲੈਂਡ ਦੇ ਚਾ ਐਲੇਸਾ ਆਇਲੈਂਡ ਇਸਕੋ ਸੀ ਐਲੇਸਾ ਆਇਲੈਂਡ ਸੀ ਵੈਸਟ ਕੋਸਟ ਸੀਗਾ ਐਂਜਲ ਆਇਲੈਂਡ ਛੋਟਾ ਜਿਹਾ ਆਇਲੈਂਡ ਉਹ ਇਸ ਕਰਕੇ ਸੀ ਆਇਲੈਂਡ ਤੇ ਪਹਿਲਾਂ ਲਿਆਂਦੇ ਸੀ ਕਿ ਲੋਕੀ ਜਿਹੜੇ ਇਸ ਇਧਰੋਂ ਅਣਜਾਣ ਦੇ ਆਪਣੇ ਜਾਪਾਨ ਲੋ ਆਂ ਇੰਡੀਆ ਤੋਂ ਚਾਈਨਾ ਤੋਂ ਬਿਮਾਰੀਆਂ ਬੜੀਆਂ ਹੁੰਦੀ ਸੀਗੀਆਂ ਉਹ ਆਇਲੈਂਡ ਤੇ ਰੱਖਦੇ ਸੀ ਪਹਿਲਾ ਮਹੀਨਾ ਮਹੀਨਾ ਉੱਥੇ ਜੇਲ੍ਹ ਚ ਰੱਖਦੇ ਸੀ ਇਹਨਾਂ ਨੂੰ ਇਹਨਾਂ ਦੇ ਪੂਰੇ ਮੈਡੀਕਲ ਹੁੰਦਾ ਸੀ ਉੱਥੇ ਵੀ ਮੰਗਿਆ ਉਹ ਬੰਕ ਬਡਾਂ ਦੇਖੀਆਂ ਜਿੱਥੇ ਕਿ ਉਹਨਾਂ ਨੂੰ ਰੱਖਿਆ ਗਿਆ ਸੀਗਾ ਉਹ ਉਹ ਬਿਲਡਿੰਗ ਹੋਣੀਗੀ ਜਿੱਥੇ ਕਿ ਉਹਨੂੰ ਪਹਿਲੀ ਅਰੀ ਅਰੀ ਦੀ ਇੰਟਰਵਿਊ ਹੋਈ ਵੀ ਤੂੰ ਇੱਥੇ ਕਿਉਂ ਆਣਾ ਜਾਂਦਾ ਹੈ ਇਹ ਦਿਖਾਈਆਂ ਮੈਂ ਫਿਲਮ ਦੇ ਵਿੱਚ ਜੀ ਤੇ ਉਹ ਇਸ ਤਰ੍ਹਾਂ ਦੀ ਜਗ੍ਹਾ ਉਹ ਉਹ ਜਗ੍ਹਾ ਗਿਆ ਜਿੱਥੇ ਪਹਿਲਾਂ ਘਰ ਸੀ ਜਿਹੜਾ ਨਹੀਂ ਗਦਰੀ ਬਾਬੇ ਨੇ ਲਿਆ ਸੀ ਜਿੱਥੇ ਕਿ ਪੇਂਟਿੰਗ ਪੈਸਪੀ ਹੋਈ ਸੀ ਉਹ ਘਰ ਵੀ ਹੈ ਨਹੀਂ ਉਹ ਐਕਚੁਅਲੀ ਉਹ ਐਡਰੈਸ ਵੀ ਹੈ ਨਹੀਂਗਾ ਹੁਣ ਪਰ ਮੈਂ ਉਹ ਜਗ੍ਹਾ ਗਿਆ ਮੈਂ ਉਸ ਸਪੌਟ ਲੱਭਿਆ ਜਗ੍ਹਾ ਲੱਭੀ ਉਹ ਤੇ ਖੜਿਆ ਮੈਂ ਮਹਿਸੂਸ ਕੀਤਾ ਕਿ ਇੱਥੇ ਸਾਡੇ ਗਦਰੀ ਬਾਬੇ ਹੁੰਦੇ ਸੀ ਵਾਹ ਵਾਹ ਬਹੁਤ ਹੋਰ ਇੱਕ ਫੀਲਿੰਗ ਆਉਂਦੀ ਤੁਹਾਨੂੰ ਉੱਥੇ ਫਿਰ ਇੱਕ इमोਸ਼ਨ ਤੁਹਾਡੇ ਜਾਂਦੀ ਹੈ ਵਾਕਿਆ ਇਹ ਬਹੁਤ ਵੱਡੀ ਗੱਲ ਹੈ ਇਹਨੂੰ ਮਹਿਸੂਸ ਕਰਨ ਵਾਲੇ ਵੀ ਵਿਰਲੇ ਟਾਮਿਆਂ ਆ ਅਸਲ ਦੇ ਵਿੱਚ ਗੱਲ ਇਹ ਆ ਵਿਰਲੇ ਟਾਮਿਆਂ ਦੇ ਅੰਦਰ ਹੀ ਇਨੀ ਸੂਖਮਤਾ ਕਿ ਉਹ ਇਹਨਾਂ ਗੱਲਾਂ ਨੂੰ ਸ਼ਧਤ ਨਾਲ ਮਹਿਸੂਸ ਕਰਦੇ ਆ ਬਾਕੀ ਤਾਂ ਸਮਾਜ ਦੇ ਵਿੱਚ ਹੁੰਦਾ ਵਾਪਰਦਾ ਕਵੀ ਰਾਜੀ ਇਹਨਾਂ ਕੁਝ ਵੀ ਫਿਲਮੀ ਦ੍ਰਿਸ਼ ਵਾਂਗੂ ਕਿਹੜੀ ਚੀਜ਼ ਨਿਕਲ ਗਈ ਤੇ ਨਿਕਲ ਗਈ ਬੰਦਾ ਸੋਚਦਾ ਹੀ ਨਹੀਂ ਵਿਚਾਰਦਾ ਹੀ ਨਹੀਂ ਪਰ ਇਹ ਫਿਲਮ ਬਣਾਉਣ ਵੇਲੇ ਮਨ ਦੇ ਵਿੱਚ ਕੋਈ ਧੜਕੂ ਜਾਂ ਵੀ ਸੀ ਕਿ ਨਹੀਂ ਤੇ ਯਾਰ ਬਣਾਉਣ ਲੱਗੇ ਆ ਇੱਕ ਇਤਿਹਾਸਿਕ ਦਸਤਾਵੇਜ਼ ਤੇ ਫਿਲਮ ਬਣਾਉਣ ਲੱਗੇ ਆ ਉਹ ਸ਼ਖਸੀਅਤ ਦੇ ਉੱਤੇ ਜਿਹੜੀ ਇਤਿਹਾਸ ਦੀ ਨਾਇਕਾ ਸਾਡੇ ਪੰਜਾਬੀਆਂ ਦੀ ਨਾਇਕਾ ਹਾਂਜੀ ਇਹੋ ਹੀ ਕਿ ਕੁਝ ਗਲਤ ਨਾ ਹੋ ਜਾਏ ਹੂੰ ਕੁਝ ਇਦਾਂ ਦੀ ਸਟੈਪ ਨਾ ਲੈ ਹੋ ਜਾਏ ਕਿ ਜਿਹੜੇ ਕਿ ਦੇਖਣ ਵਾਲੇ ਨੂੰ ਗਲਤ ਲੱਗੇ ਕਿ ਨਹੀਂ ਸਰਾਬਾ ਇਸ ਤਰ੍ਹਾਂ ਦਾ ਨਹੀਂ ਸੀ ਸਰਾਬ ਨੇ ਇਹ ਨਹੀਂ ਕੀਤਾ ਸੀ ਹਾਲੇ ਵੀ ਵਿੱਚ ਵਿੱਚ ਗੱਲ ਉੱਠ ਜਾਂਦੀ ਕਿ ਇਹ ਰੀ ਉਹ ਸੋਸ਼ਲ ਮੀਡੀਆ ਦੇ ਜਿਸ ਲੋਕੀ ਪਾਉਂਦੇ ਨੇ ਕਿ ਬੰਦੇ ਮਾਤਰਮ ਤੋਂ ਗੱਲ ਹੁੰਦੀ ਹੈ ਇਹਨਾਂ ਦਾ ਨਾਰਾ ਸੀ ਬੰਦੇ ਮਾਤਰਮ ਇਹ ਗਦਰੀ ਬਾਬਿਆਂ ਦਾ ਨਾਰਾ ਸੀ ਕਿ ਬੰਦੇ ਮਾਤਰਮ ਇੱਕ ਨੈਸ਼ਨਲਿਸਟਿਕ ਨਾਰਾ ਹੋ ਗਿਆ ਇਹਨਾਂ ਦਾ ਨਹੀਂ ਸੀ ਇਹ ਤਾਂ ਬੋਲੇ ਸੋਨਹਾਲ ਬੋਲਦੇ ਸੀ ਉਹ ਵੀ ਕਹਿੰਦੇ ਸੀਗੇ ਪਰ ਬੰਦੇ ਮਾਤਰਮ ਨੂੰ ਆਪ ਸਮਝਦੇ ਨਹੀਂ ਕੀ ਹੈ ਇਹਦਾ ਮਤਲਬ ਕੀ ਹੈ ਹਮ ਅਸੀਂ ਬਹੁਤ ਛੇਤੀ ਮੈਂ ਚਲੋ ਫਿਲਮ ਦੇ ਵਿੱਚ ਹੈਗਾ ਕਿ ਉਹ ਉਹਦਾ ਨਾਰਾ ਉਹਨਾਂ ਦਾ ਇਸ ਤਰ੍ਹਾਂ ਬੰਦੇ ਮਾਤਰਮ ਬੰਦੇ ਮਾਤਰਮ ਦਾ ਆਪਣੀ ਮਾਂ ਬੂਮੀ ਨੂੰ ਸਲਾਮ ਮੇਰੀ ਮਾਂ ਨੂੰ ਸਲਾਮ ਹਮ ਅਸੀਂ ਉਹਨੂੰ ਅਸੀਂ ਇੱਕ ਨੈਸ਼ਨਲਿਸਟਿਕ ਬਣਾਤਾ ਹਮ ਤੋਂ ਇਸ ਤਰ੍ਹਾਂ ਦੀਆਂ ਆਬਜੈਕਸ਼ਨਾਂ ਆndੀਆਂ ਨਿਕਰੀ ਉਹ ਵੀ ਇੱਕ ਚਲੋ ਸੋਚਿਆ ਉਹਨਾਂ ਨੇ ਵੀ ਤੇ ਪਰ ਇੰਨਾ ਇੱਕ ਇਹਨਾਂ ਚੀਜ਼ਾਂ ਦੇ ਬਾਰੇ ਮੈਂ ਬੜਾ ਸੋਚਿਆ ਕੁਝ ਇਦਾਂ ਦੀ ਗਲਤ ਚੀਜ਼ ਨਾ ਹੋ ਜਾਵੇ ਫਿਲਮ ਦੇ ਵਿੱਚ ਜਿਹੜਾ ਕਿਸੇ ਨੂੰ ਓਬਜੈਕਸ਼ਨ ਆਵੇ ਇਸ ਚੀਜ਼ ਦਾ ਹੂੰ ਤੇ ਪਰ ਕਈ ਸਹੀ ਚੀਜ਼ਾਂ ਜਿੱਥੇ ਵੀ ਖੜਨਾ ਵੀ ਪਤਾ ਨਹੀਂ ਇਸ ਤਰ੍ਹਾਂ ਹੀ ਸੀਗਾ ਜੀ ਇੱਕ ਗਾਣਾ ਹੈ ਫਿਲਮ ਦੇ ਵਿੱਚ ਚਲੋ ਮੈਂ ਜ਼ਿਆਦਾ ਨਹੀਂ ਉਹਦੇ ਬਾਰੇ ਜ਼ਿਕਰ ਕਰਾਂਗਾ ਉਹਦੇ ਕੁਝ ਬੋਲ ਨੇ ਆ ਕੋਈ ਕਹਿੰਦਾ ਦੇਸਵਾਸੀ ਹੋ ਕੋ ਬਾਸੀ ਹੋ ਕੋ ਕਹਿੰਦਾ ਵਧਨਵਾਸੀ ਹੋ ਹਿੰਦਵਾਸੀ ਹੋ ਸੀ ਹਾਂਜੀ ਮੈਂ ਜਿਹੜੀ ਮੈਂ ਚਿਤ ਤੱਕ ਮੈਂ ਰਿਸਰਚ ਕੀਤੀ ਹੈ ਹਿੰਦਵਾਸੀ ਹੋ ਰੱਖਣਾ ਯਾਦ ਸਾਨੂੰ ਸੋ ਇਸ ਤਰ੍ਹਾਂ ਦੀ ਜਿੱਦ ਅਕੀ ਸੋਚਣੀ ਪੈਂਦੀ ਮੁੰਮੜ ਕੇ ਸੋਚਣੀ ਪੈਂਦੀ ਆ ਫਿਰ ਡਿਸੀਜਨ ਲੈਣੀ ਪੈਂਦੀ ਕਿ ਮ ਇਕ ਜੋ ਪੌਪੂਲਰ ਬਲੀਫ ਉਹ ਕਰਾਂ ਕਿ ਜੋ ਸਹੀ ਚੀਜ਼ ਹੋ ਕਰਾਂ ਉਹ ਫਿਰ ਬੰਦਾ ਫਿਰ ਉੱਤੇ ਰਿਸਕ ਵੀ ਲੈਂਦਾ ਸਟੈਂਡ ਵੀ ਲੈਂਦਾ ਸਹੀ ਸਹੀ ਤੇ ਉਹ ਫਿਰ ਮੈਂ ਹੈ ਵੀ ਕੁਝ ਇਸ ਤਰ੍ਹਾਂ ਦਾ ਮੈਂ ਸਟੈਂਡ ਲੈ ਵੀ ਲੈਂਦਾ ਕਦੀ ਕਦੀ ਕਿ ਨਹੀਂ ਇਹ ਸਹੀ ਚੀਜ਼ ਮੈਂ ਉੱਤੇ ਰਹਾਂਗਾ ਫਿਰ ਜੀ ਬਹੁਤ ਖੋ ਤੇ ਪਰ ਇੱਕ ਜਾਣਕਾਰੀ ਜੋ ਹਰਵਾਦਾ ਕਰਿਓ ਵੀ ਜਿਹੜੇ ਮੁੰਡੇ ਨੇ ਬਾਗ ਮਿਲਖਾ ਬਾਗ ਦੇ ਵਿੱਚ ਕੰਮ ਕੀਤਾ ਸੀ ਹਾਂਜੀ ਜਿਹੜਾ ਛੋਟੀ ਉਮਰ ਦੇ ਵਿੱਚ ਮਿਲਖਾ ਸਿੰਘ ਬਣਿਆ ਹਾਂਜੀ ਹਾਂਜੀ ਹੁਣ ਜਦੋਂ ਵੱਡਾ ਹੋ ਗਿਆ ਤਾਂ ਤੁਸੀਂ ਉਹਨੂੰ ਕਰਤਾਰ ਸਿੰਘ ਸਰਾਭਾ ਦੇ ਕਿਰਦਾਰ ਦੇ ਵਿੱਚ ਪੇਸ਼ ਕੀਤਾ ਹਾਂਜੀ ਉਸੇ ਮੁੰਡੇ ਦੀ ਚੋਣ ਕਿਉਂ ਤੁਸੀਂ ਦੇਖਿਆ ਉਹਨਾਂ ਟ੍ਰੇਲਰ ਉਹਦੇ ਪੋਸਟਰਸ ਦੇਖਿਆ ਉਹ ਲੱਗਦਾ ਦੇ ਇੱਕਦਮ ਸਰਾਬਾ ਸਰਾਬਾ ਦੀ ਵੀ ਇੱਕ ਇੱਕ ਦੋ ਪਿਕਚਰਸ ਨੇ ਫੋਟੋਗ੍ਰਾਫ ਜਿਹੜੀਆਂ ਆਪਾਂ ਦੋ ਤਿੰਨ ਜਿੰਨੀਆਂ ਕਿ ਆਪਾਂ ਨੂੰ ਸ਼ੋਅ ਸੋਸ਼ਲ ਮੀਡੀਆ ਦੇਖ ਕਿਤਾਬਾਂ ਜਿਵੇਂ ਛਪੀਆਂ ਹੋਈਆਂ ਨੇ ਉਹ ਮੇਰੇ ਕਾ ਉਹਨੂੰ ਦੇਖਦਾ ਫੋਟੋਗ੍ਰਾਫਸ ਨੂੰ ਇਮੇਜਿਨ ਕਰਦਾ ਥੋੜਾ ਜਿਹਾ ਸੋਚਦਾ ਦੇ ਬਾਰੇ ਜੀ ਕਿ ਕਰਤਾਰ ਸਿੰਘ ਸਰਾਬਾ ਦੀਆਂ 14 ਸਾਲ ਦੀ ਫੋਟੋਗ੍ਰਾਫ ਇਹ ਆ ਤਾਂ 16 ਸਾਲ ਦੀ ਉਮਰ 'ਚ ਕਿਦਾਂ ਦਾ ਹੋਵੇਗਾ 17 ਸਾਲ ਦੀ ਉਮਰ 'ਚ ਕਿਦਾਂ ਦਾ ਹੋਵੇਗਾ 18 ਸਾਲ ਦੀ ਉਮਰ 'ਚ ਕਿਦਾਂ 19 ਸਾਲ ਦੀ ਉਮਰ 'ਚ ਉਹਦੀ ਕਿੰਨੀ ਕਿੱਦੜੀ ਉਹ ਸਾਰਾ ਕੁਝ ਸੋਚ ਕੇ ਇਹ ਮੈਨੂੰ ਲੱਗਾ ਕਿ ਜਪਤੇਜ ਇੱਕਦਮ ਸਹੀ ਆ ਉਹਦੀ ਉਮਰ 19 ਕਿ ਸੀ ਜਦੋਂ ਮੈਂ ਫਿਲਮ ਬਣਾਈ ਇਹ ਕਿ ਉਹ 16 17 ਸਾਲ 18 ਸਾਲ ਇਕਦਮ ਫਿਟ ਹੁੰਦਾ ਸੀ ਫਿਰ ਇਸ ਤੋਂ ਵੱਡੀ ਗੱਲ ਕਿ ਜਦੋਂ ਉਹਦਾ ਫਿਰ ਪੂਰਾ ਟੈਸਟ ਕੀਤਾ ਉਹਦੀ ਪਗੜੀ ਬੰਨ੍ਹ ਕੇ ਉਹਦਾ ਕਾਸਟਿਊਮ ਸਭ ਕੁਝ ਕਰਕੇ ਤੇ ਫਿਰ ਉਹਦਾ ਐਕਟਿੰਗ ਦਾ ਟੈਸਟ ਲਿਆ ਉਹਦੀ ਆਡੀਸ਼ਨ ਲਈ ਪੂਰੀ ਤੇ ਉਹ ਐਕਟਰ ਹੀ ਬੜਾ ਅੱਛਾ ਆ ਉਹ ਬੜਾ ਇੱਕ ਜਿਦਾਂ ਕਹਿੰਦੇ ਇੱਕ ਡੀਪ ਥਿੰਕਿੰਗ ਟਾਈਪ ਹੋਸ ਸੋ ਸਮਝਦਾ ਬੜੀ ਸਿੱਧੀ ਹੈ ਇੰਟੈਲੀਜੈਂਟ ਐਕਟਰ ਹੈ ਇੱਕ ਸਮਝਦਾਰ ਬਹੁ ਹੋਣਾ ਬਹੁਤ ਜ਼ਰੂਰੀ ਆ ਐਕਟਿੰਗ ਦੇ ਵਿੱਚ ਕਿਉਂਕਿ ਉਹ ਚੀਜ਼ ਨੂੰ ਜੇਕਰ ਕਿਸੇ ਚੀਜ਼ ਨੂੰ ਤੁਸੀਂ ਸਮਝੂਗੇ ਨਹੀਂ ਤਾਂ ਉਹਨੂੰ ਐਕਟ ਕਿਦਾਂ ਕਰੋਗੇ ਉਹਨੂੰ ਪੜਦੇ ਤੇ ਕਿਸ ਤਰ੍ਹਾਂ ਦਿਖਾਓਗੇ ਕੈਮਰੇ ਦੇਗੇ ਕਿਸ ਤਰ੍ਹਾਂ ਉਹਨੂੰ ਇਨ ਐਕਟ ਕਰੋਗੇ ਜੇ ਤੁਹਾਨੂੰ ਸਮਝ ਹੀ ਨਹੀਂ ਆਦੀ ਇਹ ਬੜਾ ਜ਼ਰੂਰੀ ਹੈ ਸਮਝਦਾਰ ਰੈਕਟਰ ਇਹ ਸਭ ਕੁਝ ਸੋਚ ਕੇ ਦੇਖ ਕੇ ਤੁਹਾਨੂੰ ਚੁਣਿਆ ਤੇ ਫਿਲਮ ਦੇ ਵਿੱਚ ਹੋਰ ਕਿਹੜੀਆਂ ਕਿੜੀਆਂ ਸ਼ਖਸੀਅਤਾਂ ਕਿਹੜੇ ਕਿਹੜੇ ਕਲਾਕਾਰ ਆ ਕਿਨੇ ਪੈਸਾ ਲਾਇਆ ਕਿੱਥੇ ਸ਼ੂਟਿੰਗ ਹੋਈ ਆ ਪੈਸਾ ਬਹੁਤ ਲੋਕਾਂ ਨੇ ਲਾਇਆ ਹੋਏ ਵਿੱਚ ਕਾਫੀ ਸਮਝੋ ਜਿਹੜਾ ਕਿ ਔਖਾ ਫੇਜ਼ ਜਾਨੀ ਕਿ ਇਸ ਫਿਲਮ ਦਾ ਸੀ ਉਹ ਹੀ ਕਿ ਇਨਵੈਸਟਰਸ ਇਕੱਠੇ ਕਰ ਰਹੇ ਆ ਤੇ ਮੇਰੀ ਕੋਸ਼ਿਸ਼ ਸੀ ਕਿ ਮੈਂ ਜ਼ਿਆਦਾ ਤੋਂ ਜ਼ਿਆਦਾ ਲੋਕੀ ਇਨਵੋਲ ਕਰਾਂ ਕਿਉਂਕਿ ਇੱਕ ਦੇਸ਼ ਭਗਤੀ ਇੱਕ ਦੇਸ਼ ਵਾਰੀਅਰ ਦੀ ਇੱਕ ਦੀ ਫਿਲਮ ਹੈ ਜਿਵੇਂ ਕਿ ਜਿੰਨੇ ਜ਼ਿਆਦਾ ਲੋਕੀਂ ਨਾਲ ਜੁੜਨੇਗੇ ਉਹਨਾਂ ਵਧਿਆ ਇੱਕ ਜਿਸ ਤਰ੍ਹਾਂ ਕਿ ਗਦਰ ਲਹਿਰ ਹੋਈ ਸੀ ਮੈਂ ਸਰابہ ਲਹਿਰ ਸ਼ੁਰੂ ਕਰਨੀ ਚਾਹੁੰਦਾ ਸੀ ਤੇ ਇਹ ਇਸ ਕਰਕੇ ਮੈਂ ਬਹੁਤ ਜ਼ਿਆਦਾ ਲੋਕਾਂ ਨੂੰ ਇਨਵੋਲ ਕੀਤਾ ਇਹਦੇ ਵਿੱਚ ਤੇ ਆਪਣੇ ਮਹਾਵੀਰ ਪੁਲੜ ਜੀ ਆ ਬਾਕੀ ਮੁਕਲਦੇਵ ਜਿਹੜੇ ਕਿ ਬਾਲੀਵੁੱਡ ਦੀਆਂ ਫਿਲਮਾਂ ਦੇ ਐਕਟਰ ਨੇ ਤੇ ਆਪਣੀ ਪੰਜਾਬੀ ਫਿਲਮ ਵਿੱਚ ਅਸੀਂ ਗੱਲ ਕਰਦੇ ਨੇ ਜਸਵੀਰ ਜਸੀ ਸਿੰਘ ਉਹਨੇ ਬਹੁਤ ਚੰਗਾ ਰੋਲ ਕੀਤਾ ਸੀ ਉਹਨਾਂ ਨੇ ਇਸ ਤਰ੍ਹਾਂ ਤੇ ਮਲਕੀਤ ਮੀਤ ਹੋਰੀ ਵੀ ਹੈ ਮਲਕੀਤ ਮੀਤ ਜੀ ਹਾਂ ਉਹਨੇ ਬਹੁਤ ਹੀ ਸੋਹਣਾ ਕੰਮ ਕੀਤਾ ਫਿਲਮ 'ਚ ਜੀ ਬੋਕਾ ਬੜਾ ਐਕਟਰ ਬੜਾ ਚ ਹੈ ਪਰ ਜਦੋਂ ਆਪਾਂ ਜਿਵੇਂ ਰਿਸਰਚ ਦੀ ਗੱਲ ਕਰ ਰਹੇ ਹਾਂ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਵੀ ਤੁਹਾਨੂੰ ਪਤਾ ਲੱਗੀਆਂ ਹੋਣਗੀਆਂ ਜਿਹੜੀਆਂ ਆਮ ਲੋਕਾਂ ਦੇ ਵਿੱਚ ਇਸ ਵੇਲੇ ਨਹੀਂ ਇੰਨੀਆਂ ਜ਼ਿਆਦਾ ਕਹਿ ਲੋ ਵੀ ਚਰਚਾ ਦਾ ਵਿਸ਼ਾ ਚਰਚਿਤ ਨੇ ਸੋ ਨਵੀਆਂ ਗੱਲਾਂ ਜਿਹੜੀਆਂ ਕਰਤਾਰ ਸਿੰਘ ਸਰਾਭਾ ਹੋਰਾਂ ਦੇ ਬਾਰੇ ਵਿੱਚ ਤੁਹਾਨੂੰ ਪਤਾ ਲੱਗੀਆਂ ਇਸ ਰਿਸਰਚ ਦੇ ਦੌਰਾਨ ਹਾਂਜੀ ਕੁਝ ਸੀਨਸ ਮਾ ਪਾਏ ਨੇ ਇਸ ਤਰ੍ਹਾਂ ਦੇ ਫਿਲਮ ਦੇ ਵਿੱਚ ਜਿਹੜੇ ਕਿ ਲੱਗਣਗੇ ਯਾਰਾ ਕਿਸੇ ਕਿਤਾਬ 'ਚ ਨਹੀਂ ਕਿਤੇ ਪੜੇ ਹੋ ਤੇ ਕਿਸੇ 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 ਆਰਟੀਕਲ ਜਿੱਨੇ ਆ ਕਿਸੇ ਕਿਤਾਬ ਕਿਸੇ ਸੋਚ ਦੇ ਜਾਂ ਕਿਤੇ ਕਿਸੇ ਡਿਸਕਸ਼ਨ ਦੇ ਵਿੱਚ ਦੀ ਚੀਜ਼ਾਂ ਆਈਆਂ ਦੋ ਚਾਰ ਸੀਨ ਮੈਂ ਪਾਏ ਨੇ ਕੁਝ ਸੀਨ ਇਦਾਂ ਦੇ ਕਿ ਉਹ ਕਿਤਾਬਾਂ ਕੀਨੇ ਨੇ ਉਹਨੇ ਇਸ ਤਰ੍ਹਾਂ ਕੀਤਾ ਸੀ ਮੈਂ ਥੋੜੇ ਆਪਣੀ ਸੋਚ ਦੇ ਨਾਲ ਪਾਏ ਨੇ ਉਹ ਸੀ ਉਹੀ ਚੀਜ਼ ਇਹ ਉਹਨਾਂ ਸੀਨਾਂ ਦੇ ਵਿੱਚ ਜੋ ਤੁਹਾਨੂੰ ਕਿਤਾਬ ਦੱਸ ਰਹੀ ਪਰ ਮੈਂ ਆਪਣੇ ਕੁਝ ਤਰੀਕੇ ਨਾਲ ਪਾਏ ਨੇ ਉਹ ਵੀ ਮੇਰੀ ਸੋਚ ਦੇ ਨਾਲ ਕਿ ਨਹੀਂ ਮੈਨੂੰ ਲੱਗਦਾ ਇਸ ਤਰ੍ਹਾਂ ਹੋਇਆ ਹੋਣਾ ਹੂੰ ਤੇ ਇਹ ਵੀ ਥੋੜੀ ਇੱਕ ਕ੍ਰਾਇਟਡ ਡਾਇਰੈਕਟਰ ਦੀ ਸੋਚ ਹੈ ਜੀ ਥੋੜਾ ਖਿਆਲ ਉਡਾਰੀਆਂ ਵੀ ਖਿਆਲ ਖਿਆਲ ਉਡਾਰੀਆਂ ਹੁੰਦੀਆਂ ਬਹੁਤ ਸੋਣ ਸ਼ਾਇਦ ਇਉਂ ਨਹੀਂ ਇਉਂ ਹੋ ਸਕਦਾ ਕੀ ਪਤਾ ਇਉਂ ਹੋਇਆ ਹੋਵੇ ਸ਼ਾਇਦ ਇਉਂ ਵੀ ਹੋਇਆ ਹੋਵੇ ਤੇ ਮਤਲਬ ਤੁਹਾਡੇ ਖਿਆਲਾਂ ਦੇ ਵਿੱਚ ਕਿਉਂਕਿ ਜਦੋਂ ਹਿਸਟਰੀ ਵੀ ਕਿਸੇ ਇਦਾਂ ਦੀ ਚੀਜ਼ ਹੈ ਕਿ ਹਿਸਟਰੀ ਹਮੇਸ਼ਾ 100% 100 ਐਕੂਰੇਟ ਨਹੀਂ ਹੁੰਦੀ ਹੋ ਸਕਦੀ ਵੀ ਨਹੀਂ ਹੈ ਹੁਣ ਮੈਨੂੰ ਕੋਈ ਬਾਰੇ ਪੁੱਛੇ ਅੱਜ ਮੈਨੂੰ ਕੋਈ ਬੈਠ ਕੇ ਤੁਸੀਂ ਪੁੱਛੋਗੇ ਆਪਣੀ ਉਮਰ ਦੇ ਬਾਰੇ ਆਪਣੀ ਜ਼ਿੰਦਗੀ ਦੇ ਬਾਰੇ ਆਪਣੀ ਲਾਈਫ ਦੀ ਜਰਨੀ ਦੇ ਬਾਰੇ ਮੈਨੂੰ ਦੱਸ ਮੈਨੂੰ ਵੀ ਕੋਈ ਯਾਕਪਸਨ ਚੀਜ਼ਾਂ ਮੈਂ ਤੈਨੂੰ ਐਵੇਂ ਗੋਲਮੋਲੀਆਂ ਕਰਕੇ ਦੱਸਿਆ ਕਿਉਂਕਿ ਮੈਨੂੰ ਵੀ ਯਾਦ ਨਹੀਂ ਰਹਿੰਦੀ ਔਰ ਮੈਨੂੰ ਉਹਨੂੰ ਬੜਾ ਕਰਕੇ ਦੱਸਾਂਗਾ ਨਹੀਂ ਮੈਂ ਤੇ ਇਦਾਂ ਕੀਤਾ ਮੈਂ 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 ਪਲੇਅਰ ਹੁੰਦਾ ਸੀਗਾ ਹਾਕੀ ਦਾ ਪਲੇਅਰ ਫੁੱਟਬਾਲ ਦਾ ਪਲੇਅਰ ਤੁਸੀਂ ਮੈਨੂੰ ਕਹੋ ਫਲਾਣਾ ਮੈਚ ਨਹੀਂ ਮੈਂ ਦੋ ਗੋਲ ਨਹੀਂ ਮੈਂ ਚਾਰ ਗੋਲ ਕੀਤੇ ਸੀ ਜਿੱਥੇ ਇਹ ਨੇਚਰਲ ਆ ਕੁਦਰਤੀ ਹੈ ਉਹ ਅਸੀਂ ਹਿਸਟਰੀ ਦੇ ਵਿੱਚ ਕਰਦੇ ਆ ਵੀ ਜਦੋਂ ਅਸੀਂ ਫਿਲਮ ਬਣਾਉਂਦੇ ਆ ਜਾਂ ਕੋਈ ਉਹਦੇ ਬਾਰੇ ਸੋਚਦੇ ਆ ਫਿਰ ਮੇਰੇ ਵਰਗਾ ਸੋਚਰ ਨਹੀਂ ਹੋ ਸਕਦਾ ਕਿ ਨਹੀਂ ਹੋ ਸਕਦਾ ਇਦਾਂ ਇਹ ਚੀਜ਼ਾਂ ਵਿੱਚ ਤੁਸੀਂ ਪਾਉਂਗੇ ਫਿਲਮ ਦੇ ਵਿੱਚ ਕਿ ਕੁਝ ਅਲੱਗ ਤਰੀਕੇ ਨਾਲ ਦਿਖਾਈਆਂ ਹੋਣਗੀਆਂ ਤੇ ਇਹ ਫਿਲਮ ਜਿਹੜੀ ਉਹ 3 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਦੇਸ਼ ਦੁਨੀਆ ਦੇ ਵਿੱਚ ਦੇਸ਼ ਦੁਨੀਆ ਦੇ ਵਿੱਚ ਹਾਂਜੀ ਬੜੀ ਵਧੀਆ ਰਿਸਪਾਂਸ ਆ ਰਹੀ ਆ ਅਮਰੀਕਾ ਦੇ ਵਿੱਚ ਇੱਕ ਦੋ ਸਿਨੇਮਾ ਜੀ ਐਡਵਾਂਸ ਬੁਕਿੰਗ ਚੱਲ ਰਹੀ ਹੈ ਇਹਦੀ ਇੱਕ ਮਹੀਨੇ ਤੋਂ ਬਹੁਤ ਖੂਬ ਹਾਂਜੀ ਕਦੀ ਹੋਇਆ ਨਹੀਂ ਪੰਜਾਬੀ ਫਿਲਮ ਦੇ ਬਾਰੇ ਇਦਾਂ ਇਸ ਤੋਂ ਪਹਿਲਾਂ ਉਹ ਇਹਨੂੰ ਫਿਲਮ ਨੂੰ ਇੱਕ ਇੰਟਰਨੈਸ਼ਨਲ ਫਿਲਮ ਦੇ ਲੈਵਲ ਤੇ ਦੇਖ ਰਹੇ ਨੇ ਹਾਂਜੀ ਬਾਤ ਹੋ ਕੀ ਬਾਤ ਹੈ ਤੇ ਹੁਣ ਮੈਂ ਥੋੜੀ ਜੀ ਹੋਰ ਜਾਣਕਾਰੀ ਲੈਣੀ ਚਾਹਉ ਨਾ ਵੀ ਸੁਤਿੰਦਰ ਸਰਤਾਜ ਦੀ ਫਿਲਮ ਕਰਕੇ ਕਵੀ ਰਾਜ ਹਾਂਜੀ ਦਾ ਵੀ ਨਾਂ ਉਦੋਂ ਉਬਰਿਆ ਹਾਂਜੀ ਤੇ ਸਰਤਾਜ ਦਾ ਵੀ ਲੋਕਾਂ ਨੂੰ ਉਦੋਂ ਪਤਾ ਲੱਗਾ ਕਿ ਇਹ ਐਕਟਿੰਗ ਵੀ ਕਰ ਸਕਦਾ ਹਾਂ ਉਸ ਤੋਂ ਪਹਿਲਾਂ ਅਸੀਂ ਸਾਈ ਵੀ ਸਾਡੀ ਫਰਿਆਦ ਤੇਰੇ ਤਾਈਏ ਸੁਣਿਆ ਹਾਂਜੀ ਹੋਰ ਬੜਾ ਕੁਝ ਸੁਣਿਆ ਸੀ ਬਤੌਰ ਕਾਏ ਕਿਸੇ ਸਰਤਾਜ ਨੂੰ ਜਾਣਦੇ ਸੀ ਹਾਂਜੀ ਤੁਹਾਨੂੰ ਸਰਤਾਜ ਕਿਵੇਂ ਮਿਲਿਆ ਹਾਂਜੀ ਸਰਤਾਜ ਮੇਰਾ ਪਹਿਲਾਂ ਕੰਮ ਸਾਰਾ ਹਾਲੀਵੁੱਡ ਦੇ ਵਿੱਚ ਸੀਗਾ ਮੇਰਾ ਨਾਮ ਜਿੱਨਾ ਸੀ ਹਾਲੀਵੁੱਡ ਉਸੀ ਉਸ ਅਰੀਨਾ ਦੇ ਵਿੱਚ ਉਸ ਦੌਰ ਦੇ ਵਿੱਚ ਸੀਗਾ ਤੇ ਉਸ ਧਾਰੇ ਦੇ ਵਿੱਚ ਸੀਗਾ ਤੇ ਸਰਤਾਜ ਜਦੋਂ ਇਹ ਫਿਲਮ ਮੇਰੇ ਕੋਲ ਆਈ ਇਹ ਪ੍ਰੋਡਿਊਸਰਸ ਨੇ ਮੇਰੇ ਨਾਲ ਗੱਲ ਕੀਤੀ ਕਿ ਅਸੀਂ ਇਸ ਤਰ੍ਹਾਂ ਦੀ ਫਿਲਮ ਬਣਾਉਣੀ ਹੈ ਤੇ ਪਹਿਲੀ ਸੋਚ ਸੀ ਕਿ ਕਿਉਂਕਿ ਉਹ ਕੈਰੈਕਟਰ ਇਸ ਤਰ੍ਹਾਂ ਦਾ ਸੀ ਉਹ ਇਸ ਸੈਕਟਰ ਨੂੰ ਲਾ ਲਓ ਸਟਾਰ ਨੂੰ ਲਾ ਲਓ ਇਹ ਲਾ ਲਓ ਉਹ ਲਾ ਲਓ ਮੈਨੂੰ ਮੈਂ ਸਰਤਿੰਦਰ ਸਰਾਜ ਦਾ ਪਹਿਲੇ ਤੋਂ ਫੈਨ ਨੇ ਉਹਦੇ 뮤직 ਦਾ ਫੈਨ ਨੇ ਮੇਰੇ ਮਨ ਦੇ ਵਿੱਚ ਇੱਕ ਮੇਰੀ ਸੋਚ ਦੇ ਵਿੱਚ ਇੱਕਦਮ ਉਹ ਉਹਦੀ ਸ਼ਕਲ ਆਈ ਕਿ ਨਹੀਂ ਇਹ ਇੱਕਦਮ ਪਰਫੈਕਟ ਹੋਇਆ ਇਸ ਰੋਲ ਦੇ ਬਾਰੇ ਪਰ ਇਹ ਡਰ ਵੀ ਸੀਗਾ ਕਿ ਉਹਨੇ ਤਾਂ ਕਦੀ ਐਕਟਿੰਗ ਕੀਤੀ ਨਹੀਂ ਹੂੰ ਐਕਟਿੰਗ ਵੀ ਬੜੀ ਕੋਈ ਇੱਕ ਚੀਜ਼ ਐ ਇੱਕ ਆਰਟ ਐ ਬੜੀ ਔਖੀ ਆਰਟ ਐ ਬੜੀ ਮੁਸ਼ਕਿਲ ਆਰਟ ਐ ਤੇ ਫਿਰ ਅਸੀਂ ਉਹਦੀ ਐਡੀਸ਼ਨ ਕੀਤੀ ਉਹਦਾ ਉਹਨੇ ਐਡੀਸ਼ਨ ਵੀ ਪਹਿਲਾਂ ਆਸਿਆ ਸਟੈਪ ਬਾਈ ਸਟੈਪ ਕੀਤੀ ਇੱਕਦਮ ਬਹੁਤ ਮੁਸ਼ਕਿਲ ਜਾਂ ਬਹੁਤ ਡਿਫਿਕਲ ਜਾਂ ਸੀਨ ਨਹੀਂ ਦਿੱਤਾ ਈਵਨ ਸ਼ੂਟਿੰਗ ਦੇ ਵਿੱਚ ਵੀ ਨਾ ਪਹਿਲੇ 7-8 ਦਿਨ ਮੈਂ ਉਹਦੇ ਨਾਲ ਉਹ ਸੀਨ ਕੀਤੇ ਜਿੱਥੇ ਕੋਈ ਡਾਇਲੋਗ ਨਹੀਂ ਸੀਗਾ ਹੂੰ ਉਹ ਇੱਕ ਦਿਨ ਮੈਨੂੰ ਕਹਿੰਦਾ ਕਹਿੰਦਾ ਪਾਜੀ ਤੁਸੀਂ ਮੇਰੇ ਤੋਂ ਕੀ ਕਰੀ ਜਾਂਦੇ ਹੋ ਮੈਂ ਤਾਂ ਬੋਲਿਆ ਹੀ ਨਹੀਂ ਦੱਸ ਕਹਿੰਦਾ 8 ਦਿਨ ਹੋ ਗਏ ਮੇਰਾ ਕੋਈ ਡਾਇਲੌਗ ਨਹੀਂ ਸੀ ਕੀਤਾ ਹਾਂ ਮੈਂ ਕਰਨੀ ਕੋਈ ਨਹੀਂ ਕੋਈ ਇਹ ਚੀਜ਼ ਮੈਂ ਬੋਲਿਆ ਹੀ ਨਹੀਂ ਬੋਲਿਆ ਨਹੀਂ ਜੀ ਮੈਂ ਉਹ ਜਿਹੜੇ ਸਾਇਲੈਂਟ ਸੀਨ ਹੁੰਦੇ ਨੇ ਬੈਠ ਜਾ ਉੱਠ ਜਾ ਇੱਥੋਂ ਤੇ ਚਲੇ ਜਾ ਮੈਂ ਕਿਹਾ ਤੁਹਾਡੇ ਨਾਲ ਗੁੱਸੇ ਹੋ ਗਏ ਨਹੀਂ ਗੁੱਸੇ ਨਹੀਂ ਆ ਉਹਨੂੰ ਸਮਝ ਨਹੀਂ ਆਇਆ ਮੈਂ ਕਿਉਂ ਕਰ ਰਿਹਾ ਨਾ ਤੇ ਫਿਰ ਮੈਂ ਦੱਸਿਆ ਨੂੰ ਮੈਂ ਕਹਿੰਦੇ ਸਭ ਪਹਿਲਾਂ ਇਹ ਸੀਰੀਅਮ ਆ ਕਿ ਥੋੜੇ ਆਸਾਨ ਹੁੰਦੇ ਨੇ ਸੌਖੇ ਈਜ਼ੀ ਕਰਨੇ ਹੁੰਦੇ ਮੈਂ ਤੈਨੂੰ ਡਾਇਰੈਕਟ ਕਰ ਸਕਦਾ ਇਦਾਂ ਉੱਠ ਇਦਾਂ ਦੇ ਕੈਮਰੇ ਵਾਲੇ ਦੇਖ ਇਦਾਂ ਦੇ ਤੇ ਫਿਰ ਮੈਂ ਕਿਹਾ ਥੋੜਾ ਜਿਹਾ ਤੈਨੂੰ ਕੰਫਰਟ ਲੈਵਲ ਤੇਰਾ ਹੋ ਜਾਏਗਾ ਹੁਣ ਕੈਮਰੇ ਦੇ ਸਾਹਮਣੇ ਦੂਜੇ ਐਕਟਰਾਂ ਦੇ ਨਾਲ ਐਕਟ ਕਰਨਾ ਅਮ ਇਮੋਸ਼ਨਸ ਦਿਖਾਉਣੀਆਂ ਨੇ ਤੇ 8ਵੇਂ 9ਵੇਂ ਦਿਨ ਦਵਾਦ ਦੇ ਡਾਇਲੋਗ ਸੀਨ ਉਹਦੀ ਇੱਕ ਚੀਜ਼ ਬੜੀ ਵਧੀਆ ਹੈ ਕਿ ਸਮਝਦਾਰ ਬੜਾ ਇੰਟੈਲੀਜੈਂਟ ਬੜਾ ਹੈ ਜਿਸ ਤਰ੍ਹਾਂ ਦੱਸੋ ਸਮਝ ਜਾਂਦਾ ਹੈ ਮਿਹਨਤੀ ਬਹੁਤ ਹੈ ਤੇ ਇਹ ਸਾਰੀਆਂ ਚੀਜ਼ਾਂ ਦੇਖ ਕੇ ਰੋਡਿਸ਼ਨ ਦਾ ਪ੍ਰੋਸੈਸ ਦੇਖ ਕੇ ਮੈਨੂੰ ਲੱਗਾ ਕਿ ਪਰਫੈਕਟ ਵਾਹ ਸੋ ਅੱਗੇ ਵੀ ਹੁਣ ਇਤਿਹਾਸ ਨਾਲ ਜੁੜੀਆਂ ਹੋਰ ਨਾਇਕਾਂ ਦੀਆਂ ਫਿਲਮਾਂ ਪੇਸ਼ ਕਰੋਗੇ ਅਮ ਕੋਸ਼ਿਸ਼ ਤੋਂ ਹੀ ਹੈ ਮੇਰੀ ਸੋਚ ਵੀ ਹੈ ਕਿ ਵੈਦਨੀਆਂ ਫਿਲਮਾਂ ਹੋਰ ਬਣਾਵਾ ਕਿਉਂਕਿ ਇੱਕ ਇੱਕ ਟੈਗ ਜਿਹਾ ਵੀ ਲੱਗ ਜਾਂਦਾ ਹੈ ਜਦੋਂ ਦੋਕ ਫਿਲਮਾਂ ਆ ਜਾਂਦੀਆਂ ਨੇ ਕਿ ਕਵੀ ਰਾਜ ਜਦ ਨੇ ਫਿਲਮ ਵਧੀਆ ਹੋਣਾ ਦਾ ਉਹ ਵੀ ਠੀਕ ਹੈ ਅਗਰ ਇਸ ਤਰ੍ਹਾਂ ਇੱਕ ਇਹ ਵੀ ਤੈਨੂੰ ਇੱਕ ਰਿਸਪੋਨਸੀਬਿਲਟੀ ਦੇਖਣ ਵਾਲੇ ਤੈਨੂੰ ਰਿਸਪੋਨਸੀਬਿਲਟੀ ਦੇ ਦੇ ਨਹੀਂ ਇਦਾਂ ਦੀਆਂ ਤੂੰ ਬਣਾ ਫਿਲਮਾਂ ਤੇਰੀਆਂ ਅਸੀਂ ਫਿਲਮਾਂ ਐਕਸੈਪਟ ਕਰਦੇ ਆ ਅਸੀਂ ਦੇਖਣ ਜਾਵਾਂਗੇ ਉਹ ਵੀ ਵਧੀਆ ਹੈ ਅਗਰ ਹੁੰਦਾ ਤੇ ਮੈਂ ਬਣਾਵਾਂਗਾ ਪਰ ਇੱਕ ਸਵਾਲ ਬਾਈ ਜੀ ਹੋਰ ਆ ਕਿ ਜਦੋਂ ਕਿਸੇ ਵੀ ਕਲਾਕਾਰ ਦੀ ਫਿਲਮ ਚੱਲੇ ਜਾਂਦੀ ਹੈ ਉਹ ਫਿਰ ਟੀਮ ਟੁੱਟਣਾ ਨਹੀਂ ਚਾਹੁੰਦੀ ਹਾਂਜੀ ਹਾਂਜੀ ਉਪਾ ਮੈਂ ਪ੍ਰੋਡਿਊਸਰ ਹੋਵੇ ਭਾਵੇਂ ਡਾਇਰੈਕਟਰ ਹੋਵੇ ਭਾਵੇਂ ਅਦਾਕਾਰ ਹੋਵੇ ਭਾਵੇਂ ਕੈਮਰਾਮੈਨ ਹੋਵੇ ਤੇ ਭਾਵੇਂ ਕੋਰੀਓਗ੍ਰਾਫਰ ਹੋਵੇ ਹਾਂਜੀ ਤੇ ਭਾਵੇਂ ਐਡੀਟਰ ਹੋਵੇ ਤੇ ਭਾਵੇਂ ਮੇਰੇ ਵਰਗਾ ਪਾਣੀ ਫੜਾਉਣ ਵਾਲਾ ਉਹ ਚਾਹੁੰਦੇ ਨਹੀਂ ਹੁੰਦੇ ਵੀ ਆਪਾਂ ਟੁੱਟ ਗਏ ਪਰ ਤੁਸੀਂ ਬਾਅਦ ਦੇ ਵਿੱਚ ਸਰਤਾਜ ਦੇ ਨਾਲ ਮਿਲ ਕੇ ਫਿਲਮ ਬਣਾਈ ਕੋਈ ਨਹੀਂ ਹਾਂਜੀ ਉਹ ਕਿਉਂ ਇਹ ਇਹਦੇ ਬਾਰੇ ਤਾਂ ਜ਼ਿਆਦਾ ਸਰਤਾਜ ਨੂੰ ਪਤਾ ਹੋਏਗਾ ਉਹ ਕਿਸ਼ੋਰਤਨ ਵੀ ਫਿਲਮ ਬਣਾਉਣ ਲੱਪਿਆ ਜਿਹੜੀਆਂ ਕਿ ਮੇਰੇ ਯਾਨੀ ਕਿ ਮੇਰੀ ਸੋਚ ਆਲੀ ਨਹੀਂ ਉਹ ਜੀ ਹੋ ਸਕਦਾ ਉਹਨੂੰ ਲੱਗਿਆ ਕਿ ਲੱਗਦਾ ਹੋਇਆ ਕਿ ਮੈਂ ਉਹਦਾਂ ਦੀ ਫਿਲਮ ਨਹੀਂ ਡਾਇਰੈਕਟ ਕਰ ਸਕਦਾ ਹਮਮ ਇਹ ਕਮਰਸ਼ਲ ਪੈਕਟੋ ਕਮਰਸ਼ਲ ਪੈਕਟੋ ਹਨਾ ਤੋ ਇਹ ਉਹਦੀ ਜਾਨੀ ਕਿ ਉਹਦੀ ਉਹਦੀ ਚੋਇਸ ਸੀ ਉਹਦੀ ਚੋਇਸ ਜਾਨੀ ਕਿ ਸੋਚ ਸੀ ਕਿ ਮੈਂ ਉਸ ਤਰ੍ਹਾਂ ਦੀ ਫਿਲਮ ਬਣਾਉਂਗਾ ਤੇ ਮੈਂ ਕਵੀ ਰਾਜ਼ ਨਹੀਂ ਬਣਾਉਣੀਆ ਹਮ ਤੇ ਮੈਂ ਤਾਂ ਓਪਨ ਹਾਂ ਮੈਂ ਪਰ ਫੋਨ ਦੇ ਟੱਲੇ ਖੜਕ ਕੇ ਜਾਂਦੀ ਕਦੇ-ਕਦੇ ਬਹੁਤ ਘੱਟ ਬਹੁਤ ਘੱਟ ਮੈਂ ਝੂਠ ਨਹੀਂ ਬੋਲਾਂਗਾ ਮੈਂ ਸੱਚ ਬੋਲਾਂਗਾ ਮੈਂ ਮੈਂ ਹੈ ਇਸ ਤਰ੍ਹਾਂ ਦਾ ਤੇ ਬਹੁਤ ਘੱਟ ਕੰਟੈਕਟ ਹੈ ਮੇਰੇ ਸਰਤਾਜ ਜੀ ਦਾ ਕੋਈ ਗੁੱਸਾ ਲੜਾਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਦੀ ਵੀ ਮੈਂ ਉਹ ਆਪਣੇ ਰੁਝੇਵੇਂ ਦੇ ਵਿੱਚ ਤੁਸੀਂ ਆਪਣੇ ਦੇ ਵਿੱਚ ਦਾ ਮਤਲਬ ਇਹ ਹੈ ਹਾਂ ਮੈਂ ਬੜੀ ਰਿਸਪੈਕਟ ਕਰਦਾ ਹਾਂ ਪਰ ਚਿੰਤ ਕਰਦਾ ਵੀ ਫਿਰ ਮਿਲ ਕੇ ਫਿਰ ਫਿਲਮ ਬਣਾਈਏ ਅਸੀਂ ਇਹ ਮਹਾਰਾਜਾ ਦਲੀਪ ਸਿੰਘ ਦੀ ਜ਼ਿੰਦਗੀ ਤੇ ਬਣ ਸਕਦੀ ਹੈ ਤਾਂ ਬਹੁਤ ਸਾਰੇ ਇਤਿਹਾਸ ਦੇ ਪਾਤਰਾਂ ਤੇ ਬਣ ਸਕਦੀ ਹੈ ਬਹੁਤ ਬਹੁਤ ਜਿਸ ਤਰ੍ਹਾਂ ਦਾ ਉਹ ਕਲਾਸਿਕਲ ਟਾਈਪ ਆਫ ਆਰਟਿਸਟ ਹੈ ਮੈਨਾਂ ਕਿੰਨਾ ਇਸ ਤਰ੍ਹਾਂ ਦੀਆਂ ਹੋਰ ਵੀ ਬਣਾਈਏ ਫਿਲਮਾਂ ਆਵੇ ਮੇਰੇ ਨਾਲ ਮੈਂ ਬਣਾਵਾਂਗਾ ਉਹਨਾਂ ਫਿਲਮ ਬਹੁਤ ਅੱਛੀ ਫਿਲਮ ਬਣਾਵਾਂਗੇ ਇਸ ਤਰ੍ਹਾਂ ਦੀ ਫਿਲਮ ਬਣਾਵਾਂਗੇ ਬਲੈਕ ਪ ਪਰ ਗਾਹੇ ਬਗਾਹੇ ਕਿਤੇ ਨਾ ਕਿਤੇ ਤਾਂ ਮਨ 'ਚੇ ਗੱਲ ਆਉਂਦੀ ਹੋਵੇਗੀ ਵੀ ਇੱਕ ਟੀਮ ਅੱਛੀ ਸੀ ਜਿਵੇਂ ਟੈਣਾ ਸਾਹਮਣੇ ਕਿਹਾ ਕਿ ਬੜੀ ਸ਼ੁਰੂਆਤ ਹੋਈ ਬਹੁਤ ਚੰਗੀ ਉਹਨਾਂ ਦੀ ਸ਼ੁਰੂਆਤ ਹੋਈ ਤੇ ਹੁਣ ਉਹ ਵਾਲੀ ਗੱਲਬਾਤ ਜੀ ਨਹੀਂ ਰਹੀ ਉਹਦਾ ਕਿਤੇ ਨਾ ਕਿਤੇ ਤਾਂ ਕੋਈ ਨਾ ਕੋਈ ਆਉਂਦਾ ਆਉਂਦਾ ਹੈ ਮੈਂ ਸੱਚ ਬੋਲਾਂਗਾ ਮੈਂ ਆਉਂਦਾ ਆ ਮਨ ਵਿੱਚ ਆਉਂਦਾ ਹੈ ਵੀ ਕਿਉਂ ਉਹ ਕਿਉਂ ਨਹੀਂ ਜਿਸ ਤਰ੍ਹਾਂ ਮੈਂ ਸੋਚਦਾ ਸੀਗਾ ਕਿਉਂ ਨਹੀਂ ਸੋਚਦਾ ਅਸੀਂ ਬੜੇ ਬੜੇ ਬੈਠ ਕੇ ਗੱਲਾਂ ਕਰਦੇ ਕਿ ਬੜੀ ਚੰਗੀ ਟੀਮ ਬਣ ਗਈ ਆ ਹੋਰ ਵੀ ਇਹ ਵੀ ਕਰਾਂਗੇ ਉਹ ਵੀ ਕਰਾਂਗੇ ਤੇ ਪਰ ਚਲੋ ਉਹ ਆਪਣੇ ਰਸਤੇ ਹੋਰ ਰਸਤੇ ਤੇ ਚੱਲ ਪਿਆ ਉਧੇ ਫਿਲਮ ਇੱਕ ਪਿੱਛੇ ਜਿਹੜੀ ਆਈ ਫਿਲਮ ਚੱਲੀ ਆ ਕਰੀ ਚੱਲੀ ਚੱਲੀ ਆ ਹਾਂਜੀ ਆਈ ਵਿਸ਼ ਹਿਮ ਲੱਕ ਹਾਂਜੀ ਬਹੁਤ ਹੋ ਤਾਂ ਤੁਸੀਂ ਵੀ ਕੋਈ ਹੋਰ ਇਸ ਤੋਂ ਇਲਾਵਾ ਚਲੋ ਜਿਹੜੀ ਹੁਣ ਥੋੜੀ ਤਿੰਨ ਤਰੀਕ ਨੂੰ ਆਉਣੀ ਆ ਕਰਤਾਰ ਸਿੰਘ ਸਰਾਭਾ ਜੀ ਦੀ ਜ਼ਿੰਦਗੀ ਦੇ ਉੱਤੇ ਜੀ ਇਸ ਤੋਂ ਇਲਾਵਾ ਹੋਰ ਫਿਲਮਾਂ ਇਤਿਹਾਸ ਦੇ ਨਾਇਕਾਂ ਦੇ ਉੱਤੇ ਜਾਂ ਕੋਈ ਸੇ ਵੀ ਹੋਰ ਵਿਸ਼ੇ ਦੇ ਉੱਤੇ ਕਿਹੜੀਆਂ ਕਿਹੜੀਆਂ ਜੀ ਮੈਂ ਕੰਮ ਕਰ ਰਿਹਾ ਇੱਕ ਦੋ ਫਿਲਮਾਂ ਦੇ ਉੱਤੇ ਹਾਲੇ ਜ਼ਿਆਦਾ ਨਹੀਂ ਦੱਸਾਂਗਾ ਉਹਨਾਂ ਦੇ ਬਾਰੇ ਵੀ ਕਿਹੜੀ ਹੈ ਤੇ ਇਹ ਇਸ ਤੇ ਆਪਣੇ ਸਰਾਭੇ ਤੇ ਬੜੀ ਆਸ ਹੈ ਬੜੀ ਉਮੀਦ ਹੈ ਸੇ ਕਿ ਚੱਲੇਗੀ ਫਿਲਮ ਤੇ ਜੇ ਚੱਲੇਗੀ ਤਾਂ ਅੱਗੇ ਵੀ ਕੁਝ ਕਰਨੇ ਜੋਗੇ ਹੋਵਾਂਗੇ ਜੀ ਹਾਂਜੀ ਬਿਲਕੁਲ ਸਹੀ ਹੌਸਲਾ ਉਹਦੇ ਨਾਲ ਹੋ ਸਕਦਾ ਹੈ ਕਿ ਉਸੇ ਜਿਹੜੀ ਟੀਮ ਦੇ ਨਾਲ ਇਹ ਬਣਾਏ ਉਸ ਟੀਮ ਨਾਲ ਕਿ ਕੁਝ ਬਣਾਵਾਂਗੇ ਬਹੁਤ ਇੱਕ ਵਾਰੀ ਜਾਣਕਾਰੀ ਦਾ ਵਾਅਦਾ ਕਰਿਓ ਵੀ ਭਾਈ ਪੰਜਾਬ ਦੇ ਵਿੱਚ ਫਿਲਮ ਦਾ ਪ੍ਰਚਾਰ ਹੁੰਦਾ ਹਾਥੀ ਤੇ ਬੈਠ ਕੇ ਹਾਂਜੀ ਤੇ ਕਈ ਵਾਰ ਫਿਲਮ ਦੇ ਵਿੱਚ ਕੁਝ ਹੁੰਦਾ ਨਹੀਂ ਹਾਂਜੀ ਇਹ ਅਮਰੀਕਾ ਦੇ ਵਿੱਚ ਵੀ ਲਾਸ ਐਂਜਲਸ ਦੇ ਵਿੱਚ ਵੀ ਉੱਥੇ ਐ ਪ੍ਰਚਾਰ ਹੁੰਦਾ ਧੂਮ ਧੜੱਕੇ ਦੇ ਨਾਲ ਹਾਂਜੀ ਪਰ ਦਰਸ਼ਕ ਨਿਰਾਸ਼ ਹੋ ਜਾਂਦਾ ਕੁਛ ਐਦਾਂ ਦੀ ਗੱਲ ਹੁੰਦੀ ਕੋਈ ਹਿੰਦੀ ਦੀ ਫਿਲਮ ਕੋਈ ਅੰਗਰੇਜ਼ੀ ਦੀ ਫਿਲਮ ਵੇਖਦੇ ਵੀ ਯਾਰ ਕਈ ਵਾਰ ਕੰਟਰੋਵਰਸੀ ਆਪ ਹੀ ਬਣਾ ਦਿੱਤੀ ਜਾਂਦੀ ਆ ਇੱਥੇ ਤਾਂ ਆਮ ਹੀ ਹੋ ਗਿਆ ਵੀ ਕੋਈ ਕੰਟਰੋਵਰਸੀ ਬਣਾਓ ਤੇ ਲੋਕ ਫੇਰ ਭੱਜ ਭੱਜ ਕੇ ਫਿਲਮਾਂ ਵੇਖਣ ਜਾਂਦੇ ਕਦੇ ਉੱਥੇ ਵੀ ਐ ਹੁੰਦਾ ਹਾਲੀਵੁੱਡ 'ਚ ਇਸ ਤਰ੍ਹਾਂ ਕਰਦੇ ਆ ਜੀ ਹਾਂ ਹਾਲੀਵੁੱਡ ਦੇ ਵਿੱਚ ਆਮ ਤੌਰ ਤੇ ਜਿਹੜੀ ਕਿਸੇ ਫਿਲਮ ਦੀ ਅਗਰ ਪ੍ਰੋਮੋਸ਼ਨ ਵਾਸਤੇ ਵੀ ਕੋਈ ਜਾਂਦਾ ਤਾਂ ਡਾਇਰੈਕਟਰ ਹੀ ਜਾਂਦਾ ਆ ਕਿਉਂਕਿ ਉੱਥੇ ਮੰਨਿਆ ਜਾਂਦਾ ਕਿ ਫਿਲਮ ਡਾਇਰੈਕਟਰ ਦੀ ਫਿਲਮ ਹੈ ਡਾਇਰੈਕਟਰ ਦਾ ਮੀਡੀਅਮ ਹੈ ਡਾਇਰੈਕਟਰ ਦੀ ਸੋਚ ਹੈ ਦੈਟਸ ਆ ਦੇ ਨੇ ਉਹ ਐਕਟਰ ਉਹ ਨਾ ਜ਼ ਪਰ ਉਥੇ ਇਸ ਤਰ੍ਹਾਂ ਨਹੀਂ ਕਿ ਕੋਈ ਕੌਂਟ੍ਰੋਵਰਸੀ ਕ੍ਰੀਏਟ ਕਰਦੀਏ ਕੋਈ ਡਰਾਮਾ ਕਰਦੀਏ ਦੇ ਪਿੱਛੇ ਕੋਈ ਹੱਥ ਜਿਹਾ ਦੇ ਹੱਥ ਤੇ ਚੜ ਕੇ ਲਿਆਉ ਸਟਾਰ ਨੂੰ ਉਹ ਟਾਈਮ ਗਿਆ ਹਾਲੀਵੁੱਡ ਵੀ ਥੋੜਾ ਮੈਚੂਰ ਹੋ ਗਿਆ ਇੱਕ ਟਾਈਮ ਤੇ ਹੁੰਦਾ ਸੀ ਉਹੀ ਉੱਥੇ ਵੀ ਹੁੰਦਾ ਸੀ ਸਾਰਾ ਪਰ ਉਤੋਂ ਹਾਲੀਵੁੱਡ ਅਗੇ ਨਾਂ ਗਿਆ ਪਰ ਉੱਥੇ ਕੋਈ ਇਹੋ ਜਿਹੀ ਕੋਈ ਸ਼ਰਾਰਤ ਜੀ ਨਹੀਂ ਹੁੰਦੀ ਵੀ ਕੋਈ ਧਰਮ ਦੀ ਗੱਲ ਕਰ ਦਈਏ ਕੋਈ ਕਿਸੇ ਦੇ ਬਾਰੇ ਕੁਝ ਕਹਿ ਦਈਏ ਵੀ ਰੌਲਾ ਪਾਊਗਾ ਬਾਅਦ ਵਿੱਚ ਦ੍ਰਿਸ਼ ਕੱਟ ਦੇਾਂਗੇ ਮੁਫਤ ਵਿੱਚ ਪ੍ਰਚਾਰ ਹੋ ਜੂ ਇਹ ਗੋਰੇ ਇਹ ਨਹੀਂ ਕਰਦੇ ਨਹੀਂ ਕਰਦੇ ਕਿਉਂ ਉਹ ਧਰਮਦੀਆਂ ਗੱਲਾਂ ਤੇ ਉਹਨਾਂ ਨੂੰ ਕੋਈ ਫਰਕ ਹੀ ਨਹੀਂਗਾ ਹੂੰ ਇਦਾਂ ਉਹਨਾਂ ਵਾਸਤੇ ਸੋਚ ਜਿਹੜੀ ਛੋਟੀ ਸੋਚ ਹੈ। ਅੱਛਾ। ਨੰਗ ਅੱਗੇ ਲੰਘਨੇ ਸੀ ਇਸ ਤੋਂ। ਇਹਦੇ ਬਾਰੇ ਸੋਚਦੇ ਨਹੀਂ ਉਹਦਾ। ਸਾਡੇ ਲਈ ਤਾਂ ਸਾਰਾ ਕੁਝ ਇਹੀ ਆ। ਸਾਡੇ ਸਾਰਾ ਕੁਝ ਇਹੀ ਆ। ਹਾਂਜੀ। ਅਸੀਂ ਜਾਣ ਬੁੱਝ ਕੇ ਇਹੋ ਜੀਆਂ ਹਰ ਜਾਣ ਬੁੱਝ ਕੇ ਉਹਨਾਂ ਚੀਜ਼ਾਂ ਨੂੰ ਅਸੀਂ ਅੱਗੇ ਲਿਆ ਰਹੇ ਹਾਂ ਕਿ ਕੋਈ ਕੰਟ੍ਰੋਵਰਸੀ ਹੋ ਜਾਏ, ਕੋਈ ਗੱਲਬਾਤ ਹੋ ਜਾਏ, ਕੋਈ ਰੌਲਾ ਪੋਵੇ ਦੇ ਬਾਰੇ। ਹਾਂਜੀ। ਪਰ ਇੱਕ ਜਾਣਕਾਰੀ ਚ ਹੋਰ ਵਾਦਾ ਕਰਿਓ। ਵੀ ਤੁਸੀਂ ਤਾਂ ਹਾਲੀਵੁੱਡ ਦੀਆਂ ਕਈ ਫਿਲਮਾਂ 'ਚ ਕੰਮ ਕੀਤਾ। ਕਿੰਨੀਆਂ ਨੇ ਉਹ ਕੋਲ? ਮੈਂ ਕੋਈ 2-300 ਫਿਲਮ, ਟੈਲੀਵਿਜ਼ਨ ਸੀਰੀਅਲ ਹਾਲੀਵੁੱਡ ਤੋਂ ਹਾਲੀਵੁੱਡ ਦੀ ਨਹੀਂ। ਤੋਂ ਅੰਗਰੇਜ਼ ਐਕਚੁਅਲੀ ਤੁਸੀਂ ਮੇਰੀ ਫਸਟ ਲੈਂਗੁਏਜ ਅੰਗਰੇਜ਼ੀ ਹੈ ਪੰਜਾਬੀ ਤਾਂ ਮੈਂ 8 ਸਾਲ ਦਾ 8 ਸਾਲ ਦੀ ਉਮਰ ਤੇ ਚਲ ਗਿਆ ਸੀ ਉਤੋਂ ਬਾਹਰ ਹਾਂਜੀ ਬਾਹਰ ਹੀ ਰਿਹਾ ਮੈਂ ساری ਉਮਰ ਅੱਛਾ ਉੱਥੇ ਵੀ ਐ ਹੁੰਦਾ ਵੀ ਜਿਹੜੇ ਗਾਇਕ ਆ ਗਵਈਏ ਆ ਉਹਨਾਂ ਨੂੰ ਹੀਰੋ ਲੈ ਲਓ ਉਹ ਸਮਾਸੀ ਹਾਂਜੀ ਉਹ ਸਮਾਸੀ ਜਦੋਂ ਕਿ ਐਲਵਿਸ ਪ੍ਰੈਸਲੀ ਐਲਵਿਸ ਐਲਵਿਸ ਪ੍ਰੈਸਲੀ ਦਾ ਨਾਂ ਸੁਣਿਆ ਹੋਣਾ ਤੁਸੀਂ ਨਾ ਜੀ ਉਹ ਸਿੰਗਰ ਸੀ ਉਹ ਸਿੰਗਰ ਹੀਰੋ ਬਣਿਆ ਸੀ ਫਿਲਮਾਂ ਦੇ ਵਿੱਚ ਪਰ ਉਹ ਫਿਲਮ ਉਹਦਾਂ ਦੀ ਬਣਾਉਂਦੇ ਸੀ ਜੇ ਗਾਉਂਦਾ ਵੀ ਹੁੰਦਾ ਸੀ ਫਿਲਮਾਂ ਹੁੰਦੀਆਂ ਅੱਛਾ ਅੱਛਾ ਜੀ ਤੇ ਅਗਰ ਤੁਸੀਂ ਵੈਸਟਰਨਸ ਬਣਦੀਆਂ ਨੇ ਬੜੀਆਂ ਕਾਊਬੋਏ ਫਿਲਮ ਜਿਹੜੀਆਂ ਉਹ 1930 ਦੇ ਵਿੱਚ 35 25 ਤੋਂ 1922 23 ਤੋਂ ਲੈ ਕੇ ਨਾ 1922 ਤੋਂ ਲੈ ਕੇ 1935 37 ਤੱਕ ਬਹੁਤ ਬੁਨੀਆਂ ਸੀ ਜਿੱਥੇ ਕਿ ਸਿੰਗਿੰਗ ਕਾ ਉਹ ਇਸ ਉਹਨਾਂ ਨੂੰ ਕਹਿੰਦੇ ਸੀ ਅੱਛਾ ਜੀ ਹੀਰੋ ਜਿਹੜੇ ਉਹ ਗਾਉਂਦੇ ਹੁੰਦੇ ਸੀਗੇ ਘੋੜੇ ਤੇ ਬੈਠ ਕੇ ਗਾਉਂਦੇ ਸੀ ਬਾਂਜਰੀ ਜੀ ਵਜਾ ਕੇ ਦਾ ਹਾਂ ਹਾਂਜੀ ਉੱਥੇ ਵੀ ਦਾ ਫੇਜ਼ ਆਇਆ ਪਰ ਉਹ ਫੇਸ ਤੋਂ ਨਿਕਲ ਗਏ ਗਏ ਹੁਣ ਅੱਜ ਕੱਲ ਇਹਦੇ ਅਸੀਂ ਉੱਥੇ ਉੱਥੇ ਪਹੁੰਚ ਗਏ ਸੀ ਤੁਹਾਡੇ ਵੀ ਉੱਥੇ ਕਮੇਡੀਅਨ ਬੜੇ ਤਕੜੇ ਹੈ ਜੀ ਹਾਂ ਜੀ ਬੜੇ ਬੜੇ ਤਕੜੇ ਵੀ ਆਂ ਆਂ ਤਾ ਸਾ ਤੁਹਾਨੂੰ ਕਿਲਾ ਦੋ ਵੀ ਹੱਸਦੇ ਨਹੀਂ ਐਡੀ ਮਰਫੀ ਉੱਥੇ ਤਾਂ ਬਹੁਤ ਹੀ ਸੌਂਦੇ ਨੇ ਗੋਰੇ ਹੱਸਦੇ ਨਹੀਂ ਗੋਰਿਆਂ ਦਾ ਤਾਂ ਕਿੰਨੇ ਜ਼ਿਆਦਾ ਮਸ਼ਹੂਰ ਹੁੰਦੇ ਨੇ ਉੱਥੇ ਤਾਂ ਹਿਊਮਰ ਹੀ ਬੜਾ ਵਧੀਆ ਹੈ ਜੀ ਅੱਛਾ ਨਾਲੇ ਹਿਊਮਰ ਵੀ ਉੱਥੇ ਇੱਕ ਸਾਡਾ ਸਾਡਾ ਜਿਹੜਾ ਹਿਊਮਰ ਹੈ ਸਾਡਾ ਹਾਸਾ ਬੋਲ ਉੱਥੇ ਕੀ ਫਸਿਆ ਹੋਇਆ ਸੇਮ ਜੋਕਾਂ ਨੂੰ ਅਸੀਂ ਰੀਸਾਈਕਲ ਕਰ ਕਰਕੇ ਮੋੜ ਕੇ ਫਿਰ ਲੰਦ ਕਾਇ ਜੰਦੇ ਹਾਂ ਉੱਥ ਇੱਕ ਜਿਹੜਾ ਸਿਟਕਾਮ ਹੋਸੀ ਕਹਿੰਦੇ ਆ ਟੈਲੀਵਿਜ਼ਨ ਦੇ ਸ਼ੋਅ ਆਉਂਦੇ ਨੇ ਜਿਹੜੇ ਕਮੇਡੀ ਸ਼ੋਅ ਹੁੰਦੇ ਨੇ ਅੱਛਾ ਜੀ ਤੁਸੀਂ ਮੰਨੋਗੇ ਕਿ ਉਹਨਾਂ ਦੇ 10-10 12-12 ਨਾਲ 15-15 ਨਾਲ ਰਾਈਟਰ ਹੁੰਦੇ ਨੇ ਅੱਛਾ ਜਿਹੜੇ ਬੈਠ ਕੇ ਲਿਖ ਰਹੇ ਨੇ ਜੋਕ ਲਿਖ ਰਹੇ ਨੇ ਫਿਰ ਉਹਦੀ ਰਿਹਰਸਲ ਹੁੰਦੀ ਜੋਕਸ ਦੀ ਸ਼ੋਅ ਇੱਕ ਦਿਨ ਚ ਸ਼ੂਟ ਹੋ ਜਾਂਦਾ ਉਹਦੇ 5 ਦਿਨ ਉਹਦੀ ਰਿਹਰਸਲ ਹੁੰਦੀ ਸ਼ੋਅ ਦੀ ਅਧੇ ਘੰਟੇ ਦਾ ਸ਼ੋਅ ਹਾਂਜੀ ਮੈਂ ਬੜੇ ਕੀਤੇ ਨੇ ਸ਼ੋਅ ਤੇ ਤੇ ਟੈਲੀਵਿਜ਼ਨ ਸੀਰੀਜ਼ ਹੁੰਦੀਆਂ ਜਿਹੜੀਆਂ ਨੇ ਉਹਦੀ ਰਸਲ ਹੁੰਦੀ ਆ ਫਿਰ ਉਹਦੀ ਫਿਰ ਦੇਖਦੇ ਨੇ ਸੁਣਦੇ ਨੇ ਐਸ਼ਾ ਨਾ ਜੋ ਕਿ ਹਾਸਾ ਨਹੀਂ ਆਇਆ ਕੰਮ ਇਹਦਾ ਮੂੰਹ ਫਬਦਾ ਨਹੀਂ ਹਾਂ ਫਬਦਾ ਉਹਨੂੰ ਕੱਟ ਕੇ ਮੁੜ ਕੇ ਫਿਰ ਉਹਨੂੰ ਰੀਸਾਈਕਲਿੰਗ ਹੁੰਦੀ ਉਹਦੀ ਮੁੜ ਕੇ ਉਹਦੀ ਰਾਈਟਿੰਗ ਹੁੰਦੀ ਉਹਦੀ ਇਹਨਾਂ ਉੱਪਰ ਸਾਊਂਡ ਦੇ ਵਿੱਚ ਕਾਮੇਡੀ ਦੇ ਵਿੱਚ ਇੰਨਾ ਬੜਾ ਲੰਮਾ ਚੌੜਾ ਪ੍ਰੋਸੈਸ ਹੈ ਕੀ ਬਾਤ ਹੈ ਸਾਡੇ ਤਾਂ ਸਾਡੇ ਖਰੇ ਪੈਰ ਲਿਖਦੇ ਨੇ ਉੱਥੇ ਹਾਂ ਆਪਰੇ ਤਾਂ ਕਈ ਵਾਰੀ ਮੈਂ ਦੇਖਿਆ ਮੈਂ ਕਦੇ ਫਿਲਮ ਦੀ ਤੇ ਸ਼ੂਟਿੰਗ ਤੇ ਗਿਆ ਸੀਗਾ ਤੇ ਉੱਥੇ ਬੜਾ ਤਕੜਾ ਕਲਾਕਾਰ ਆ ਉਹ ਪੰਜਾਬ ਦਾ ਹਾਂਜੀ ਉਹ ਇਧਰਲੇ ਪਾਸੇ ਕਹਿੰਦਾ ਐਕਸ਼ਨ ਹਾਂਜੀ ਕੈਮਰਾ ਐਕਸ਼ਨ ਹਾਂ ਤੇ ਇਧਰਨੇ ਪਾਸੇ ਉਹ ਕਹਿ ਰਿਹਾ ਮੈਂ ਫਿਰ ਜਦੋਂ ਆਇਆ ਕਹਿ ਦੂੰਗਾ ਤੂੰ ਐਂ ਕਹਿ ਦੀ ਤੇ ਆਹ ਕੁਝ ਕਿਤੇ ਵਰਕੇ ਤੇ ਲਿਖਿਆ ਹੀ ਨਹੀਂ ਸੀਗਾ ਉਹ ਯਾਰ ਤੂੰ ਦਫਾ ਮਾਰ ਮੈਨੂੰ ਪਤਾ ਨਹੀਂ ਮੈਂ ਕੀ ਕਰਨਾ ਸੋ ਉਸ ਕਰਕੇ ਸਾਡੀ ਕਾਮੇਡੀ ਦੇ ਇੱਕੋ ਨਾ ਆਹੀ ਵਧੀਆ ਕਾਮੇਡੀ ਹੈ ਤੇ ਫਿਰ ਦਰਸ਼ਕ ਕਹਿੰਦਾ ਮੈਨੂੰ ਪਤਾ ਨਹੀਂ ਮੈਂ ਕੀ ਕਰਨਾ ਨਹੀਂ ਆਉਣਾ ਮੈਂ ਪਰ ਉਹ ਅਸੀਂ ਇਹ ਨਹੀਂ ਸੋਚਦੇ ਕਿ ਆਪਾਂ ਸਟੈਂਡ ਅਪ ਨੂੰ ਦੇਖੋ ਬੜਾ ਵਧੀਆ ਕੰਮ ਕਰੇ ਪਰ ਨੂੰ ਆਪਾਂ ਸਟੈਂਡ ਅਪ ਹੋਰ ਪਤਾਈਏ ਜੀ ਉੱਥੇ ਤੱਕ ਨਹੀਂ ਆਪਾਂ ਸੋਚਦੇ ਹਲੇ ਪਰ ਹੋਣਾ ਚਾਹੀਦਾ ਪਿਆਰ ਸਾਰੀਆਂ ਪੰਜਾਬੀ ਫਿਲਮਾਂ ਦਾ ਹਾਂਜੀ ਹਿੰਦੀ ਫਿਲਮਾਂ ਦਾ ਅੰਗਰੇਜ਼ੀ ਦਾ ਬਾਕੀਆਂ ਦਾ ਬਹੁਤ ਉੱਚਾ ਰਹੇ ਉੱਚਾ ਰਹੇ ਹਾਂਜੀ ਐਸੇ ਤੁਹਾਨੂੰ ਖੁਦ ਨੂੰ ਕਿਹੋ ਜਿਹਾ ਕਿਰਦਾਰ ਨਿਭਾਉਣੇ ਚੰਗੇ ਲੱਗਦੇ ਨੇ ਕਿਹੋ ਜੇ ਤੁਸੀਂ ਕੈਰੈਕਟਰਸ ਕਰਦੇ ਹੋ ਮੈਨੂੰ ਐਕਚੁਅਲੀ ਕਾਮੇਡੀ ਮੈਂ ਤਾਂ ਵਾਪਸ ਪਰ ਮੈਨੂੰ ਚਾਂਸ ਬਹੁਤ ਘੱਟ ਮਿਲਦਾ ਅੰਗਰੇਜ਼ੀ ਚ ਚੁਟਕਲੇ ਸੁਣਾ ਦਿਓ ਕੀ ਅੰਗਰੇਜ਼ੀ ਚ ਚੁਟਕਲੇ ਹੁੰਦੇ ਨਹੀਂ ਨਹੀਂ ਮੈਂ ਇੰਨਾ ਮੈਂ ਨਾ ਮੈਂ ਕਾਮੇਡੀ ਟਾਈਪ ਐਕਟਰ ਨਹੀਂ ਆ ਵੈਸੇ ਪਰ ਮਜ਼ਾ ਵੜਾਉਣਾ ਜਦੋਂ ਕਰਦੇ ਆਪਾਂ ਨਾ ਜਦੋਂ ਕੋਈ ਵਧੀਆ ਜਿਹੀ ਸਕ੍ਰਿਪਟ ਮਿਲ ਜੇ ਜਿਹਦੇ ਵਿੱਚ ਕਾਮੇਡੀ ਇੱਕ ਮੈਂ ਪਛੇ ਜੇ ਫਿਲਮ ਕੀਤੀ ਐ ਅਰੇਂਜਡ ਮੈਰਿਜ ਅੰਗਲਿਸ਼ ਫਿਲਮ ਸੀਗੀ ਤੇ ਉਹਦੇ ਵਿੱਚ ਨਾ ਫਾਜ਼ਾ ਦਾ ਰੋਲ ਕੀਤਾ ਉਹ ਇਦਾਂ ਦੀ ਕਾਮੇਡੀ ਬੜੀ ਯੂ نو ਆਪਾਂ ਸਾਰੇ ਕਹਿੰਦੇ ਆਂ ਅੰਗਲਿਸ਼ ਡਾਰਕ ਕਾਮੇਡੀ ਅੱਛਾ ਜੀ ਉਹਦਾਂ ਦੀ ਫਿਲਮ ਸੀ ਮੈਨੂੰ ਬੜਾ ਸਵਾਦ ਆ ਕੰਮ ਉਹ ਤੇ ਫਿਲਮ ਤੇ ਕੰਮ ਕਰਕੇ ਉਹਦੋਂ ਫਿਰ ਤੁਸੀਂ ਨਾ ਬਿਲਕੁਲ ਤੁਹਾਨੂੰ ਕੋਈ ਇਹ ਨਹੀਂ ਕਿ ਮੈਂ ਕੈਰੈਕਟਰ ਇਦਾਂ ਦਾ ਬਣਾਉਣਾ ਇਹ ਕਰਨਾ ਉਹ ਕਰਨਾ ਤੁਸੀਂ ਉਹਨਾਂ ਥੋੜਾ ਜਿਹਾ ਮਜ਼ਾ ਲੈ ਸਕਦੇ ਫਨ ਥੋੜੀ ਫ੍ਰੀ ਹੋ ਕੇ ਕਰ ਸਕਦੇ ਕੰਮ ਉਹ ਇਹ ਵੱਡੀਆਂ ਹੋਰ ਗੱਲਾਂ ਹੁੰਦੀਆਂ ਦੇਖੋ ਮਿਸਟਰ ਬੀਨ ਹਾਂ ਉਹ ਬੋਲੇ ਹੀ ਨਹੀਂ ਕਦੇ ਬੋਲੇ ਹੀ ਸਾਰੀ ਦੁਨੀਆ ਨੂੰ ਹਸਾਉਂਦਾ ਹੈ ਉਹ ਬੜਾ ਬੋਲੇ ਸਾਰੀ ਦੁਨੀਆ ਨੂੰ ਹਸਾਉਂਦਾ ਹੈ ਇਹ ਵੀ ਕਮਾਲ ਹਾਂਜੀ ਹਾਂਜੀ ਆ ਵੀ ਪੱਕ ਹੁੰਦਾ ਹਾਂ ਇੱਕ ਬੈਣੀ ਕੀ ਬੈਣੀ ਸ਼ੋਅ ਹੁੰਦਾ ਦਾ ਸੀਗਾ ਉਹ ਇਦਾਂ ਦੇ ਤੇ ਕਿੰਨੇ ਤਗੜੇ ਕਮੀ ਜਿੰਨੇ ਹੋ ਇੰਗਲੈਂਡ ਇੰਗਲੈਂਡ ਅਮਰੀਕਨ ਹਿਊਮਰ ਦਾ ਇੰਗਲੈਂਡ ਦਾ ਹਿਊਮਰ ਦਾ ਕਾਮੇਡੀ ਦਾ ਬਹੁਤ ਫਰਕ ਹੈ ਹਾਂਜੀ ਉਹਨੂੰ ਇੰਗਲੈਂਡ ਦੀ ਹਿਊਮਰ ਦੇ ਕਹਿੰਦੇ ਡਰਾਈ ਹਿਊਮਰ ਉਹ ਉਸ ਸਮਝਣਾ ਬੜਾ ਔਖਾ ਆ ਮੈਨੂੰ ਬੜਾ ਅਛਾ ਲੱਗਦਾ ਕਿ ਮੈਂ ਮੇਰਾ ਬੀਸਲੀ ਪਾਲਣਾ ਮੇਰਾ ਇੰਗਲੈਂਡ ਦਾ ਹੈ ਉਸ ਤੋਂ ਬਾਅਦ ਆਈ ਸੀ ਅਮਰੀਕਾ ਮੂਵ ਹੋਈ ਸੀ ਫਿਰ ਅੱਛਾ ਜੀ ਤੇ ਮੈਂ ਦੋਨਾਂ ਨੂੰ ਸਮਝਦਾ ਮੈਨੂੰ ਦੋਨੇ ਬੜੇ ਕੀ ਰਿਵੈਸ ਕਰਦੇ ਕੋਈ ਇੰਗਲੈਂਡ ਦਾ ਕੋਈ ਸ਼ੋਅ ਹੋਵੇ ਨਾ ਤੇ ਮੈਂ ਦੇਖ ਮੈਂ ਹੱਸ ਰਿਹਾ ਹਾਂ ਉੱਚੀ ਤੇ ਮੇਰੀ ਵਾਈਬਰੇਰੀ ਕਿ ਮੈਂ ਤਾਂ ਕਹਿੰਦੀ ਸਮਝ ਨਹੀਂ ਆਦੀ ਕਿ ਤੂੰ ਕਿਉਂ ਹੱਸ ਜਾਨਾ ਮੈਂ ਤੁਸੀਂ ਕਿਹਾ ਤੁਸੀਂ ਡਾਰਕ ਹੀ ਦੇਖੋ ਮੈਂ ਮਰਨ ਕਹਿੰਦਾ ਮੈਂ ਅਸਰਾ ਤੇ ਮੇਰਾ ਲਾਸ ਕਰੀ ਅਸਾਸੀ ਜੀ ਤੇ ਵੈਸੇ ਆਪਣੇ ਇਤਿਹਾਸ ਦੀ ਫਿਰ ਤੋਂ ਗੱਲ ਕਰਦੇ ਆ ਕਿਹੜਾ ਪੰਜਾਬ ਦਾ ਹੋਰ ਨਾਇਕ ਹੈ ਜਿਹਦੇ ਤੇ ਫਿਲਮ ਬਣਾਉਣੀ ਚਾਹੁੰਦੇ ਹੋ ਜੀ ਦੀ ਇੱਛਾ ਹੈ ਵੀ ਮੈਂ ਇਸ ਇਸ ਕਿਰਦਾਰ ਦੇ ਉੱਪਰ ਜ਼ਰੂਰ ਫਿਲਮ ਬਣਾਉਣੀ ਹੈ ਜੀ ਬਹੁਤ ਇੱਕ ਗਦਰ ਲਹਿਰ ਦੇ ਵਿੱਚ ਆਪਣੇ ਸੂ ਸਿੰਘ ਭਖਣਾ ਉਹਦੀ ਕਿੰਨੀ ਕਿੰਨੀ ਦੇਣ ਹੈ ਆਪਣੇ ਵਾਕੇ ਸਿਰੋ ਗਦਰ ਲਹਿਰ ਉਹ ਨਹੀਂ ਉਸ ਤੋਂ ਬਾਅਦ ਆਜ਼ਾਦੀ ਤੋਂ ਬਾਅਦ ਵੀ ਵਿਚਾਰੇ ਜ਼ਿਲ੍ਹਾ ਚ ਰਹੇ ਉਹ ਉਹਨਾਂ ਦੀ ਸੈਕਰੀਫਾਈਸ ਕਿੰਨੀ ਆ ਬੜੇ ਬੜੇ ਤਕੜੇ ਜ਼ਮੀਨਦਾਰ ਸੀ ਵੀ ਸਾਰੀ ਉਮਰ ਇਧਰ ਹੀ ਲਾਤੀ ਲੋਕਾਂ ਦੇ ਭਲੇ ਵਾਸਤੇ ਹਮਮਾਰੀ ਸਿੰਘ ਨਾਲਵਾ ਕਿੰਨਾ ਤਕੜਾ ਫਿਕਰ ਹੈ ਜੀ ਐਪੀਐਸਟੀ ਇਸ ਤਰ੍ਹਾਂ ਬਾਬਾ ਦੀਪ ਸਿੰਘ ਬਹੁਤ ਪਤਾ ਤੁਸੀਂ ਲਿਸਟ ਐਂਡਲਿਸਟ ਲਿਸਟ ਹੈ ਜਿਹੜੀ ਕਿ ਹਾਂਜੀ ਤੁਹਾਡੇ ਨਾਲ ਗੱਲ ਕਰਕੇ ਸੱਚੇ ਮੁੱੱਚੇ ਬਹੁਤ ਚੰਗਾ ਲੱਗਾ ਇਸ ਕਰਕੇ ਵੀ ਕਿਉਂਕਿ ਇੱਕ ਤਾਂ ਤੁਸੀਂ ਜਿਹੜੀ ਥਾਂ ਤੇ ਵਸਦੇ ਹੋ ਹੁਣ ਉੱਥੇ ਵੀ ਸਾਡੇ ਪੰਜਾਬੀਆਂ ਨੇ ਇੱਕ ਨਵਾਂ ਪੰਜਾਬ ਵਸਾਇਆ ਹਾਂਜੀ ਉੱਥੇ ਬੈਠ ਕੇ ਵੀ ਪੰਜਾਬੀ ਜ਼ੁਬਾਨ ਦੀ ਫਿਲਮ ਬਣਾਈ ਹਾਂਜੀ ਉੱਥੇ ਬੈਠ ਕੇ ਵੀ ਤੁਸੀਂ ਇਤਿਹਾਸ ਦੇ ਪਾਤਰ ਦੇ ਉੱਤੇ ਪੰਜਾਬ ਦੇ ਨਾਇਕ ਦੇ ਉੱਤੇ ਫਿਲਮ ਬਣਾਈ ਤੁਹਾਡਾ ਦਿਲੋਂ ਤੌਰ ਤੇ ਸ਼ੁਕਰੀਆਦਾ ਕਰਦੇ ਹਾਂ ਥੈਂਕ ਯੂ ਤੁਹਾਡੀ ਫਿਲਮ ਬਹੁਤ ਚੱਲੇ ਜੀ ਕਮਾਲ ਕਰਦੇ ਵੇ ਹਾਂਜੀ ਇਹਦੀ ਅਸੀਂ ਕਾਮਨਾ ਕਰਦੇ ਹਾਂ ਥੈਂਕ ਯੂ ਇੱਕ ਵਾਰੀ ਫਿਰ ਸਾਡੇ ਪਰਿਵਾਰਕ ਜੀਆ ਨੂੰ ਬੇਨਤੀ ਕਰਦੇ ਹੋ ਵੀ ਕਿੰਨੀ ਤਰੀਕ ਨੂੰ ਕਿੰਨੇ ਵਜੇ ਕਿੱਥੇ ਪਹੁੰਚ ਜਾਣਾ ਹੈ ਜੀ ਇਹ 3 ਨਵੰਬਰ ਨੂੰ ਫਰਡੇ ਵਰਲਡਵਾਈਡ ਰਿਲੀਜ਼ ਹੋ ਰਹੀ ਹੈ ਫਿਲਮ ਅਮਰੀਕਾ ਕੈਨੇਡਾ ਯੂ ਐਸ ਏ ਆਸਟ੍ਰੇਲੀਆ ਨਿਊਜ਼ੀਲੈਂਡ ਇੰਮਨ ਦੇ ਵਿੱਚ 10 ਨਵੰਬਰ ਨੂੰ ਹਮਾ ਮਾਰ ਕੇ ਸਿਨੇਮਾ 'ਚ ਪਹੁੰਚੋ ਇਹ ਫਿਲਮ ਸਿਨੇਮਾ 'ਚ ਦੇਖਣ ਵਾਲੀ ਆ ਇਹ ਇਸ ਤਰ੍ਹਾਂ ਦੀ ਫਿਲਮ ਹੈ ਸਟੈਂਡਰਡ ਦੀ ਫਿਲਮ ਬਣਾਈ ਆ ਸਿਨੇਮੇ ਬੜਾ ਮਜ਼ਾ ਆਏਗਾ ਕਿ ਸਾਰੇ ਪਰਿਵਾਰ ਨਾਲ ਬੈਠ ਕੇ ਦੇਖਣ ਵਾਲੀ ਫਿਲਮ ਹੈ ਇੱਕ ਸਾਡੇ ਇਤਿਹਾਸ ਦੀ ਸਾਡੀ ਹਿਸਟਰੀ ਦੀ ਫਿਲਮ ਹੈ ਬੱਚਿਆਂ ਨਾਲ ਲੈ ਕੇ ਜਾਓ ਦਿਖਾਓ ਉਹਨਾਂ ਨੂੰ ਕਿ ਸਾਡੇ ਇਦਾਂ ਦੇ ਯੋਧੇ ਹੋਏ ਨੇ ਆ ਸੈਕਰੀਫਾਈਸਿਸ ਉਹਨਾਂ ਨੇ ਕੀਤੀਆਂ ਨੇ 16 17 18 ਸਾਲ ਦੀ ਉਮਰ ਦੇ ਵਿੱਚ ਇੱਕ ਬੱਚਾ ਜਿਹੜਾ ਕਿ ਅੱਜ ਵੀ ਜਿਹੜਾ ਬੱਚੇ ਜਾਂਦੇ ਨੇ ਬਾਹਰ ਦੁਨੀਆ ਪਰ ਪੜ੍ਹਨ ਜਾਂਦੇ ਨੇ ਉਹ ਵੀ ਪੜ੍ਹਨ ਗਿਆ ਸੀਗਾ ਅਮਰੀਕਾ ਦੇ ਵਿੱਚ 1912 ਦੇ ਵਿੱਚ ਤੇ ਉਹਨੇ ਕੀ ਕੀਤਾ ਕੀ ਦੇਣ ਦਿੱਤਾ ਸਾਨੂੰ ਉਸ ਆਜ਼ਾਦੀ ਲਈ ਲੜਿਆ ਜਿਹੜੀ ਕਿ ਅਸੀਂ ਅੱਜ ਇੰਜੋਏ ਕਰ ਰਹੇ ਹਾਂ ਉਹ ਤਾਂ ਗਿਆ ਵਾਹ ਹਾਂਜੀ ਬਹੁਤ ਖੂਬ ਤੇ ਮੈਂ ਤੁਹਾਨੂੰ ਇੱਕ ੜੀਕੀ ਜੀ ਗੱਲ ਦੱਸਦਾ ਇੱਕ ਵਾਰੀ ਮੈਂ ਫਿਲਮ ਦੇਖਣ ਗਿਆ ਸੀ ਨਿਮੇ ਚ ਹਾਂਜੀ ਤੇ ਮੂਰੇ ਬੈਠਿਆ ਮੇਰੇ ਇੱਕ ਮੁੰਡਾ ਉਹ ਮੋਬਾਈਲ ਤੇ ਫਿਲਮ ਬਣਾਈ ਜਾਵੇ ਸਾਰੀ ਹੂੰ ਅੱਛਾ ਤਾਂ ਮੈਨੂੰ ਬੜੀ ਖੇਜ ਆਈ ਮੈਂ ਕਿਹਾ ਯਾਰ ਇਹ ਕਾਪੀਰਾਈਟ ਦਾ ਮਸਲਾ ਹੁੰਦਾ ਇਹ ਪਾਇਰੇਟਰ ਲੱਗਦਾ ਮੈਨੂੰ ਇਹ ਜਾਲ ਸਾਜ਼ੀ ਕਰਦਾ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਤੂੰ ਬਣਾਈ ਜਾਣਾ ਕਹਿੰਦਾ ਦੀਦੀ ਨੇ ਦੇਖਣੀ ਹੈ ਮੈਂ ਤੇਰੇ ਥਪੜਾ ਮਾਰੂ ਮੈਂ ਕਿਹਾ ਦੀਦੀ ਤੇ 250 ਰੁਪਏ ਦੀਦੀ ਦਾ 250 ਨਹੀਂ ਸਿਰਫ ਭਈਆ ਤੁਸੀਂ ਕਹਣਾ ਸੀ 250 ਰੁਪਏ ਲਿਆ ਦੀਦੀ ਨੂੰ ਇੱਥੇ ਸਾਦਾ ਕਿਉਂ ਇਹ ਕੰਮ ਕਰਦਾ ਕਿਉਂ ਪਾਪ ਕਰਦਾ ਦੀਦੀ ਨੂੰ ਦਿਖਾਉਣਾ ਹਾਂ ਵੱਡਾ ਦੀਦੀ ਦੇ ਪਿਆਰ 250 ਰੁਪਏ ਲਾਉਂਦਾ ਨਹੀਂ ਇਹ ਤੁਹਾਡੀ ਗੱਲ ਸਹੀ ਹੈ ਪਰ ਹੈ ਇੱਦਾਂ ਦੇ ਲੋਕੀ ਆ ਕਿ ਜਿਹੜਾ ਇੱਕ ਇੰਨੀ ਹਿੰਮਤ ਨਹੀਂ ਕਰ ਸਕਦਾ ਕਿ ਅਸੀਂ ਚਲੋ 250 ਰੁਪਏ ਦੀ ਬਾਹਰ 10-12 ਡਾਲਰ ਦੀ ਟਿਕਟ ਹੈ ਹੂੰ ਉਹ ਕਾਫੀ ਦਾ ਕੱਪ ਪੀ ਲਾਂਗੇ 10-12 ਡਾਲਰ ਦਾ ਸਟਾਰਬਕਸ ਤੇ ਜਾ ਕੇ ਪਰ ਕਿਦਾਂ ਦੀ ਫਿਲਮ ਨਹੀਂ ਦੇਖਣੀ ਹੋਣਾ ਸੀ ਮੁਫਤ ਖੋਰੀ ਸਾਡੇ ਸੁਭਾਅ ਦੇ ਵਿੱਚ ਦਾ ਰੌਲਾ ਇਹ ਆ ਇਹ ਬਹੁਤ ਹੈ ਬਿਲਕੁਲ ਸਹੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਚੱਜਣਾ ਵਿਚਾਰ ਦੇ ਵਿੜੇ ਦੇ ਵਿੱਚ ਆਏ ਦੇਲੀ ਤੌਰ ਤੇ ਸ਼ੁਕਰੀਆ ਦਾ ਕਰਦੇ ਆ ਤੇ ਕਵੀ ਰਾਜ ਜੀ ਤੁਹਾਡੀ ਫਿਲਮ ਬਹੁਤ ਚੱਲੀ ਜੀ ਤਮਾਲ ਹੋ ਜਾਈ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਦੁਬਾਰਾ ਜਦੋਂ ਮੌਕਾ ਮਿਲੇ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਫਿਲਹਾਲ ਪ੍ਰੋਗਰਾਮ ਨੇ ਇੱਥੇ ਸਮੇਟਦੇ ਆ ਜੀ ਜਾਣ ਦਾ ਵੇਲਾ ਹੋ ਗਿਆ ਤੇ ਨੰਨਾਂ ਨੂੰ ਇਜਾਜ਼ਤ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਤੁਹਾਡੀ ਹਾਜ਼ਰ ਹੈ ਜੰਚਦਾ ਵੀਚਾਰ